कोहानी बई मैं मिट्टी लैन ले आया बापू दे जम्मण पोहानी नाले खैर मंगण ले आया खैर मंगण ले आया एना देशा पोहानी ओए मैं मिट्टी लैन ले आया बापू दे जम्मण पोहानी भाई मैं मिट्टी लैन ले आया बापू दे जम्मण पोहानी दिल ही जाने जिंद न माणी किवें विछोड़े जरदी है इस मिट्टी दे चुल्ले अम्मी अज भी चेते करदी है अज भी महक पयौंदी है अज भी महक पयौंदी पुत्तां जे मोहां दी बड़ी मैं गड्डी च बह गया कार च तैयार हो गया गड्डी तुर पई ਉਹ ਸਮਾਨ ਜਿਹੜਾ ਮੈਂ ਬਦੋਵਾਲ ਤਕਸੀਮ ਕਰਨ ਸੀ ਉਹ ਭੁੱਲਿਆ ਉਹ ਘਰ ਹੀ ਪਿਆ ਲਾਲ ਸਿੰਘ ਦੇ ਮੈਂ ਰੁਕ ਰੁਕ ਮੈਂ ਸਮਾਨ ਤਾਂ ਘਰ ਹੀ ਰਹਿ ਗਿਆ ਉਹ ਕਿਤਾਬਾਂ ਪੈਨ ਪੈਨਸਲ ਜਿਹੜੇ ਗਿਫਟ ਨੇ ਕੱਪੜੇ ਛਪੜੇ ਚਲੋ ਖੈਰ ਉਹ ਰੱਖੇ ਦੀ ਅਸੀਂ ਜਨਾਬ ਫਿਰ ਅੱਛਾ ਬਦੋਵਾਲ ਨੂੰ ਸ਼ੁਰੂ ਹੋ ਗਏ ਖੰਨੇ ਤੋਂ ਬਦੋਵਾਲ ਤੋਂ ਖੰਨਾ ਸਫ਼ਰ ਇਹੀ ਲੁਧਿਆਣੇ ਨੂੰ ਆਉਣਾ ਜਦੋਂ ਅਸੀਂ ਨਹਿਰ 'ਤੇ ਆਏ ਦਰਾ ਹੀ ਨਹਿਰ 'ਤੇ ਮੇਨ ਰੋਡ ਤੋਂ ਉਸ ਨਹਿਰ 'ਤੇ ਫਿਰ ਆ ਗਏ ਉੱਦਣ ਕੱਲ੍ਹ ਅਸੀਂ ਗਏ ਸੀ ਜਿੱਧਰੋਂ ਪਾਣੀ ਆਉਂਦਾ ਅੱਜ ਸਾਡਾ ਰੂਟ ਬਣ ਗਿਆ ਬਦੋਵਾਲ ਜਿੱਧਰੋਂ ਪਾਣੀ ਜਾਂਦਾ ਮੈਂ ਦੇਖੋ ਅੱਲਾ ਦਾ ਨਿਜ਼ਾਮ ਕਿੱਡਾ ਉਹ ਤਕਰੀਬਨ ਪੰਜ ਸੱਤ ਮੀਲ ਪੰਜ ਛੇ ਮੀਲ ਜਾ ਕੇ ਨਾ ਫਿਰ ਉਹ ਨਹਿਰ ਕ੍ਰਾਸ ਕਰਨੀ ਹੈ ਉੱਥੇ ਨਹਿਰਾਂ ਤਿੰਨ ਬਣਦੀ ਜੌੜ ਬਣਿਆ ਹੈੱਡ ਬਣਿਆ ਹੈ ਉਹ ਇੱਕ ਨਹਿਰ ਫਿਰ ਲੁਧਿਆਣੇ ਨੂੰ ਆਉਂਦੀ ਹੈ ਲੁਧਿਆਣੇ ਜਾ ਕੇ ਨਹਿਰ ਵੜ ਜਾਂਦੀ ਹੈ ਪੱਕੀ ਉਹ ਬਣੇ ਜਿਹੜੀਆਂ ਰੋਡਾਂ ਅੱਛੀਆਂ ਰੋਡ ਮੈਪ ਫਿਰ ਤਰੀਕੇ ਸਵੇ ਲੁਧਿਆਣਾ ਆ ਗਿਆ ਮੈਨੂੰ ਲਾਲ ਸਿੰਘ ਕਹਿੰਦਾ ਮਾਠੀ ਦੌੜਾ ਲੁਧਿਆਣਾ ਆ ਗਿਆ ਦੇਖੋ ਲੁਧਿਆਣੇ ਦੇ ਮਜ਼ਾਰ ਮਜ਼ਾਫਾਤ ਕੋਠੀਆਂ ਸੜਕਾਂ ਸ਼ਹਿਰ ਦੇ ਲਾਗੇ ਸ਼ਹਿਰ ਦੇ ਵਿੱਚ ਦੀ ਉਹਦੇ ਬਾਅਦ ਮੈਂ ਜੀ ਉਹ ਸਟੇਸ਼ਨ ਨਜ਼ਰ ਆਉਂਦਾ ਉਹ ਉੱਚਾ ਪੌੜਾ ਥੱਲੇ ਦੀ ਗੱਡੀ ਲੰਘਦੀ ਆ ਇੱਧਰ ਹੁਣ ਆਪਣਾ ਸੜਕ ਮੋੜਨੀ ਆ ਬਦੋਵਾਲ ਨੂੰ ਲੈਣ ਜਾਣੀ ਆ ਕਹਿੰਦਾ ਤੁਹਾਨੂੰ ਸਾਰਾ ਪਤਾ ਮੈਂ ਜੀ ਬਚਪਨ 'ਚ ਚਲੋ ਖੈਰ ਜੀ ਅਸੀਂ ਨਾ ਬਦੋਵਾਲ ਪਹੁੰਚ ਗਏ ਰਸਤੇ 'ਚ ਆਇਆ ਮੁੱਲਾਂਪੁਰ ਬੋਰਡ ਲੱਗੇ ਪਰੇ ਨੂੰ ਮੁੱਲਾਂਪੁਰ ਆ ਮੈਂ ਕਿਹਾ ਇੱਥੇ ਹੁਣ ਸਾਡਾ ਪਿੰਡ ਬਹੁਤਾ ਥੋੜ੍ਹੀ ਦੂਰ ਹੀ ਆ ਮਰੱਬੇ ਦੋ ਹੀ ਆ ਹੁਣ ਤਾਂ ਸਾਰੇ ਆਬਾਦੀਆਂ ਜਿੱਦਾਂ ਆਪਣੇ ਬਣੀਆਂ ਜੀ ਇੱਦਾਂ ਹੀ ਕੋਠੀਆਂ ਬਾਗ ਸੜਕਾਂ ਇਮਾਰਤ ਬਿਹਤਰ ਸਬਜ਼ਾ ਹੀ ਸਬਜ਼ਾ ਯੂਨੀਵਰਸਿਟੀ ਦਾਖਲ ਹੋ ਗਏ ਬਦੋਵਾਲ ਜ਼ਰੀ ਯੂਨੀਵਰਸਿਟੀ ਲੁਧਿਆਣਾ ਉਹ ਬਦੋਵਾਲ ਦੀ ਸਰਹੱਦ ਨਾਲ ਮਿਲਦੀ ਜਾ ਕੇ ਅੱਗੇ ਫਿਰ ਬਦੋਵਾਲ ਦਾ ਬੋਰਡ ਵੀ ਪੜ੍ਹ ਲਿਆ ਬਦੋਵਾਲ ਇਸ ਤਰਫ ਕੋ ਖੰਭਾ ਲੱਗਿਆ ਮੈਂ ਹਜੇ ਮੋੜ ਲਓ ਇੱਧਰ ਨੂੰ ਥੱਲੇ ਪਾ ਲਿਆ ਮੈਂ ਹਜੇ ਇੱਥੋਂ ਇੱਕ ਮੀਲ ਜਾਣਾ ਆਪਾਂ ਇਹ ਸੜਕ 'ਤੇ ਇੱਧਰੋਂ ਨਹੀਂ ਸਿੱਧੇ ਹੀ ਅੱਗੇ ਜਾ ਕੇ ਰੇਲਵੇ ਲਾਈਨ ਆ ਜਾਣੀ ਬਦੋਵਾਲ ਦੀ ਮੈਂ ਆ ਗਈ ਜੀ ਇੱਧਰ ਨੂੰ ਮੋੜ ਲਓ ਜੀ ਆਹ ਮੈਂ ਸਟੇਸ਼ਨ ਖੜ੍ਹਾ ਬਦੋਵਾਲ ਦਾ ਫਿਰ ਕ੍ਰਾਸ ਕਰੋ ਇੱਧਰ ਨੂੰ ਜੀ ਫਿਰ ਇੱਧਰ ਨੂੰ ਕ੍ਰਾਸ ਕਰੋ ਜੀ ਕਰਦੇ ਕਰਾਉਂਦੇ ਮੈਂ ਜਨਾਬ ਨੂੰ ਮੈਂ ਛੱਪੜ ਆ ਗਿਆ ਜੀ ਬਦੋਵਾਲ ਦਾ ਆਹ ਬੜਾ ਬਾਜ਼ਾਰ ਆ ਗਿਆ ਕਾਰ 'ਚ ਬੈਠੇ ਦੱਸੀ ਗਿਆ ਮੈਂ ਸਿੱਧੇ ਚੱਲਣਾ ਉਹ ਮੈਂ ਸਾਹਮਣੇ ਸਕੂਲ ਖੜ੍ਹਾ ਇੱਧਰ ਨੂੰ ਮੋੜ ਸਕੂਲ ਦੇ ਗੇਟ ਦੇ ਅੱਗੇ ਜਾ ਗੱਡੀ ਖੜ੍ਹੀ ਕਰ ਜੀ ਜੀ ਮੇਰੀ ਮਰਜ਼ੀ ਨਾ ਜੀ ਇਹ ਲਾਲ ਸਿੰਘ ਕਹਿੰਦਾ ਮਾਠੀ ਦੇ ਸਾਰੀ ਮੈਂ ਜੀ ਹੁਣ ਜ਼ਹਿਨ 'ਚ ਬੈਠੀ ਹੈ ਸ਼ੁਕਰ ਹੈ ਅੱਜ ਮੈਂ ਆ ਗਿਆ ਇੱਥੇ ਹਾਂਜੀ ਹਾਂਜੀ ਜਦੋਂ ਅਸੀਂ ਜਨਾਬ ਜਾ ਕੇ ਗੱਡੀ ਖੜ੍ਹੀ ਕੀਤੀ ਉਹ ਇੰਤਜ਼ਾਰ ਕਰਦੇ ਬਦੋਵਾਲ ਵਾਲੇ ਸਕੂਲ ਵਾਲੇ ਜੀ ਹਾਂਜੀ ਮੈਡਮ ਆ ਜਿਹੜੀ ਹੈ ਜੀ ਹਾਂਜੀ ਚਲੋ ਆਪ ਬਾਅਦ 'ਚ ਦਿਖਾ ਦਿੰਦੇ ਤੁਹਾਨੂੰ ਅੱਛਾ ਉਹ ਮੈਡਮ ਨੇ ਜਨਾਬ ਦਫ਼ਤਰ 'ਚ ਉੱਠੀਆਂ ਗੱਡੀ ਖੜ੍ਹੀ ਕੀਤੀ ਉਹ ਵੀ ਇੰਤਜ਼ਾਰ ਸੀ ਨਾ ਜੀ ਹਾਂਜੀ ਜਿਸ ਵਕਤ ਗੱਡੀ ਖੜ੍ਹੀ ਹੋਈ ਜਾ ਕੇ ਉਹ ਦਫ਼ਤਰ 'ਚ ਉੱਠਿਆ ਅਮਲਾ ਪੂਰਾ ਲੇਡੀ ਸਟਾਫ ਸਾਰਾ ਹੀ ਅੱਛਾ ਦੋ ਬੰਦੇ ਸੀ ਉਹ ਨਹੀਂ ਆਏ ਉਹ ਪਹਿਲੇ ਹਿੱਸੇ 'ਚ ਰਹੇ ਸਾਰੀ ਲੇਡੀਜ਼ ਆ ਗਈਆਂ ਪੰਜ ਛੇ ਜਦੋਂ ਮੈਂ ਗੱਡੀ 'ਚ ਉਤਰਿਆ ਹੈੱਡ ਮਿਸਿਸ ਨੇ ਆਹੀ ਜਿਹੜੀ ਪੀਲੇ ਸੂਟ ਵਾਲੀ ਹੈ ਜੀ ਹਾਂ ਜੀ ਔਰ ਬੋਲੀ ਮਾਈ ਡੀਅਰ ਫਾਦਰ ਆਈ ਐਮ ਵੈਰੀ ਗਲੈਡ ਟੂ ਸੀ ਯੂ ਔਰ ਹਕੀਕਤ ਆ ਕਿ ਮੈਂ ਉਸ ਬੱਚੀ ਨੂੰ ਬੱਚੀਆਂ ਨਜ਼ਰ ਆਈ ਦੋਨੀਆਂ ਬੇਟੀ ਮੇਰੀ ਸਮੀਨਾ ਅਤੇ ਫਜ਼ਾਨਾ ਮੇਰੇ ਨਾਲ ਜੁੜੀਆਂ ਉੱਦਾਂ ਨਿਜ਼ਾਮ ਆ ਨੇ ਬਿਲਕੁਲ ਮੈਂ ਕਿਹਾ ਮਾਈ ਡੀਅਰ ਡਾਟਰ ਆਈ ਐਮ ਆਲਸੋ ਵੈਰੀ ਗਲੈਡ ਟੂ ਸੀ ਯੂ ਪਿਆਰ ਦਿੱਤਾ ਇਹਨਾਂ ਨੂੰ ਸਾਰੀਆਂ ਬੱਚੀਆਂ ਨੂੰ
ਉਹਦੇ ਬਾਅਦ ਦੋ ਤਿੰਨ ਗੱਲਾਂ ਸੀ ਹੋਰ ਇੰਗਲਿਸ਼ ਕੀਤੀਆਂ, ਮੈਂ ਫਿਰ ਉਹਦੇ ਸਿਰ 'ਤੇ ਹੱਥ ਰੱਖਿਆ ਦੁਬਾਰਾ। ਮੈਂ ਬੇਟਾ ਪਰਮਜੀਤ ਕੌਰ ਜੀ, ਛੱਡੀਏ ਗੱਲਾਂ ਇੰਗਲਿਸ਼ ਦੀਆਂ, ਆਪਣੀ ਗੱਲ ਕਰੀਏ ਪੰਜਾਬੀ 'ਚ। ਅੱਛਾ, ਉਹਦਾ ਨਾਮ ਪਰਮਜੀਤ? ਪਰਮਜੀਤ, ਕਰਮਜੀਤ ਕੌਰ। ਕਰਮਜੀਤ ਕੌਰ, ਮੈਂ ਆਪਣੀ ਗੱਲ ਕਰੀਏ ਪੰਜਾਬੀ 'ਚ, ਜਿਹੜਾ ਆਪਣਾ ਵਿਰਸਾ। ਮੈਂ ਬੇਟੇ ਤੇਰਾ ਸ਼ੁਕਰੀਆ ਅਦਾ ਕਰਦਾ ਹੱਥ ਰੱਖ ਕੇ, ਕਿ ਹੱਥ ਮਾਰਟ ਵਲੈਤ ਦੇ ਬੇਟੇ ਦਾ, ਮਾਰਟ ਵਲੈਤ ਤੂੰ ਤੂੰ ਨਹੀਂ ਜਾਣਦੀ, ਸਿਰਫ ਉਹਦਾ ਨਾਮ ਪੜ੍ਹਿਆ ਤੂੰ। ਇਹ ਕਲੂਸ ਨੇ ਦੱਸਿਆ, ਜਿਹੜੇ ਅੱਬਾ ਜੀ ਸ਼ਗਿਰਦ ਨੇ, ਕਿ ਮਾਰਟ ਵਲੈਤ ਦਾ ਬੇਟਾ ਆ ਰਿਹਾ। ਲੈਟਰ ਵੀ ਲਿਖਿਆ ਸੀ ਉਹਨੂੰ ਮੈਂ, ਪਹਿਲੇ ਬਜ਼ਰੀਆ ਡਾਕ, ਉਹ ਜਨਾਬ ਉਹਦੇ ਹੱਥ 'ਚ, ਉਹ ਲੈਟਰ ਜਦੋਂ ਮੈਨੂੰ ਰਿਸੀਵ ਕੀਤਾ, ਉਹ ਵੀ ਮੇਰੇ ਹੱਥ 'ਚ ਫੜਾ ਤਾ ਦਫ਼ਤਰ 'ਚ ਆ ਕੇ। ਆ ਕੇ ਜਨਾਬ ਆਪਣੀ ਸੀਟ ਕਹਿੰਦੀ ਇੱਥੇ ਬੈਠ, ਮੈਂ ਨਹੀਂ ਬੇਟਾ ਇਹ ਸੀਟ ਨਹੀਂ ਲੈਣੀ, ਇਹ ਤੇਰੀ ਸੀਟ ਹੈ, ਨਹੀਂ ਜੀ ਤੁਸੀਂ ਬਹਿਣਾ। ਮੈਂ ਨਹੀਂ ਬੇਟਾ, ਕੰਮ ਗਲਤ ਹੈ, ਇਹ ਦਫ਼ਤਰ ਆ, ਦਫ਼ਤਰ ਸਰਕਾਰੀ ਆ, ਗੌਰਮੈਂਟ ਦਾ, ਇਹ ਸੀਟ। ਕਹਿੰਦੀ ਤੁਸੀਂ ਹੈਡਮਾਸਟਰ ਨਹੀਂ, ਰਿਟਾਇਰ ਨਹੀਂ? ਮੈਂ ਬੇਟਾ ਹੈਡਮਾਸਟਰ ਤੁਹਾਡੇ ਅੱਬਾ ਜੀ, ਮੈਂ ਵਕਤ ਗੁਜ਼ਰ ਗਿਆ, ਹੁਣ ਤਾਂ ਤੇਰੀ ਸੀਟ ਆ। ਮੈਂ ਪਾਕਿਸਤਾਨ ਆਉਣ 'ਚੋਂ ਪਹਿਲਾ ਸਬਕ ਬੇਟਾ ਹੈ ਮੇਰਾ, ਸਕੂਲ ਹੀ ਹੈ, ਪਹਿਲੀ ਜਮਾਤ ਪੜ੍ਹੀ ਆ। ਸਬਕ ਇਹ ਆ ਬੇਟਾ, ਕਿ ਆਪਣੀ ਕੁਰਸੀ ਨਹੀਂ ਦੇਣੀ ਕਿਸੇ ਨੂੰ, ਇਹ ਕੁਰਸੀ ਤੇਰੀ ਆ, ਇਹ ਕੁਰਸੀ ਤੁਹਾਨੂੰ ਐਵੇਂ ਨਹੀਂ ਮਿਲੀ। ਤੁਸੀਂ ਬੀ ਏ ਕੀਤਾ, ਬੀ ਐਡ ਕੀਤਾ, ਐੱਮ ਏ ਕੀਤਾ, ਕੋਰਸ ਪਾਸ ਕਿਆ, ਸ਼ਰਾਇਤ ਸਾਰੀਆਂ ਪੂਰ ਗਿਆ, ਪੜ੍ਹਾਇਆ, ਕਿਤੇ ਜਾ ਕੇ ਨਸੀਬ ਹੋਈ ਹੈ ਕੁਰਸੀ, ਲਿਹਾਜ਼ਾ ਤੇਰਾ ਮਿਨਿਸਟਰ ਵੀ ਆ ਜਾਵੇ, ਉਹਨੂੰ ਵੀ ਕੁਰਸੀ ਨਹੀਂ ਦੇਣੀ। ਮੈਂ ਪਹਿਲਾਂ ਚਲੋ ਠੀਕ ਹੈ ਜੀ, ਬੈਠ ਗਿਆ ਜੀ। ਮੈਂ ਕਿਹਾ ਬੇਟਾ ਇੱਦਾਂ ਕਰ, ਮੈਂ ਤੇਰਾ ਸ਼ੁਕਰੀਆ ਅਦਾ ਕਰਦਾ, ਜਿਹੜੇ ਅੱਬਾ ਜੀ ਦੇ ਸ਼ਾਗਿਰਦ ਆ ਨਾ, ਉਹਨਾਂ ਨੂੰ ਬੁਲਾ ਲਾ। ਕਹਿੰਦੀ ਆ ਜਾ। ਮੈਂ ਨਹੀਂ ਬੇਟੇ, ਸਾਡੇ ਕੋਲ ਟਾਈਮ ਥੋੜ੍ਹਾ, ਇੱਕ ਵਜ ਗਿਆ ਸੀ, ਟਾਈਮ ਥੋੜ੍ਹਾ, ਵਾਪਸ ਜਾਣਾ। ਅਤੇ ਉਹਨੇ ਖੈਰ ਜੀ ਇੱਕ ਟੀਚਰ ਨੂੰ ਕਿਹਾ, ਦੋ ਨੂੰ ਭੇਜਿਆ, ਉਹ ਮੋਟਰਸਾਈਕਲ ਤਾਂ ਗਏ ਸੀ ਟੀਚਰ, ਅੱਛਾ ਜਾ ਕੇ ਲਾਗੇ ਘਰ ਸੀ, ਆਉਂਦੇ ਗਏ, ਕਹਿੰਦੀ ਸਲਾਹ ਦੇ, ਕੁਛ ਨੇ ਐਲਾਨ ਕਰਾ ਤਾ ਇਹਦੇ 'ਚ ਆਪਣੇ ਗੁਰਦੁਆਰੇ 'ਚ, ਵੀ ਮਾਰਟ ਵਲੈਤ ਦਾ ਬੇਟਾ ਆ ਗਿਆ ਪਾਕਿਸਤਾਨ 'ਚੋਂ, ਜਿਹੜੇ ਮਾਰਟ ਵਲੈਤ ਦੇ ਸ਼ਿਖਰ ਦੇ ਮਿਲਣਾ ਚਾਹੁੰਦਾ ਆ ਜਾਓ। ਅੱਛਾ, ਉਹ ਫਿਰ ਜਨਾਬ ਜਿਹਨੂੰ ਜਿਹਨੂੰ ਪਤਾ ਚੱਲ, ਲਾਰਾ ਲਾ ਕੇ ਆਉਂਦੇ ਰਹੇ। ਅੱਛਾ, ਦਫ਼ਤਰ 'ਚ ਆ ਕੇ ਜਦੋਂ ਹੁਣ ਆਉਣ, ਮੈਂ ਉਹਨੂੰ ਮਿਲਣਾ, ਉਹ ਜਦੋਂ ਤੁਹਾਨੂੰ ਪਹਿਲੇ ਦੱਸਿਆ, ਉਹ ਇੱਕ ਆਇਆ ਆਪਣੇ ਅਮਰ ਸਿੰਘ, ਉਹਨੂੰ ਜਦੋਂ ਮਿਲਿਆ, ਉਹਨੇ ਫੌਰਨ ਕਹਿਤਾ, ਤੂੰ ਯਾਕੂਬ ਨਹੀਂ ਤੇਰਾ ਨਾਂ, ਆਪਣਾ ਮਾਰਟ ਪਛਾਣ ਲਿਆ, ਉਹਨੇ ਪਛਾਣ ਲਿਆ। ਉਸ ਤੋਂ ਬਾਅਦ ਜੀ ਮੈਂ ਫਿਰ ਜਿਹੜਾ ਵੀ ਆਉਂਦਾ ਮਿਲਦੇ ਰਹੇ, ਫਿਰ ਉਹਨਾਂ ਨੂੰ ਮੈਂ ਕਿਹਾ ਜੀ ਮੈਡਮ ਇੱਦਾਂ ਕਰੋ, ਇਹ ਮੈਂ ਕੁਛ ਗਿਫਟ ਲਿਆਉਂਦੇ ਨੇ, ਨਾਂ ਨਹੀਂ ਮੈਂ ਲਿਖੇ, ਕਿਉਂ ਪਤਾ ਜੀ ਨਹੀਂ, ਲਿਹਾਜ਼ਾ ਪਹਿਲੇ ਮਰਦਾਨਾ ਜ਼ਨਾਨਾ ਸੂਟ ਨੇ, ਜਿੰਨੇ ਸਟਾਫ ਆ ਤੇਰਾ ਨਾ, ਕਿੰਨਾ ਸਟਾਫ ਆ? ਕਹਿੰਦੇ ਜੀ 8 ਆ। ਮੈਂ ਕਿਹਾ ਮੇਰੇ ਕੋਲ ਸੂਟ 10 ਸੂਟ ਨੇ, 8 ਸਟਾਫ ਦੇ, ਇੱਕ ਜਿਹਨੇ ਖਾਣਾ ਪਕਾਇਆ, ਜਿਹੜਾ ਬੱਚੇ ਨੂੰ ਖਾਣਾ ਖਿਲਾਉਂਦੇ, ਉਹਨੂੰ ਮਿਲ ਕੇ, ਬਲਕਿ ਖਾਣਾ ਵੀ ਖਾ ਕੇ, ਚੌਲ ਉੱਥੋਂ ਇੱਕ ਲੁਕਮਾ, ਉਹਦਾ ਵੀ ਨਾਮ ਰੱਖ, ਇੱਕ ਹੋਰ ਜਿਹੜੀ ਬੁਲਾ, 10 ਹੀ ਕਰ, ਉਹ ਜਨਾਬ ਆਪਣੇ ਨਾਂ ਲਿਖੀ ਗਈ, ਬੁਲਾ ਕੇ ਦਿੰਦੇ ਰਹੇ। ਉਸ ਤੋਂ ਬਾਅਦ ਫਿਰ ਆ ਗਏ ਮਰਦਾਨਾ ਸੂਟ, ਮਰਦਾਨਾ ਵੀ ਮੇਰੇ ਕੋਲ 10-15 ਸੂਟ ਸੀ, ਉਹ ਵੀ ਇਕੱਲੇ ਇਕੱਲੇ ਦਾ ਨਾਂ ਲਿਖ ਕੇ ਅਤੇ ਸੂਟ ਦਿੰਦੇ ਰਹੇ। ਜਿਹੜਾ ਉਹ ਦੱਸਿਆ ਨਹੀਂ ਉਹਨੇ ਪਰਸੋਂ, ਜਿਹੜਾ ਸੀ ਆਪਣੇ ਨਿਊਜ਼ੀਲੈਂਡ, ਕੀ ਨਾਂ ਸੀ ਉਹਨਾਂ ਦਾ? ਹਰਦੀਪ, ਉਹਨੇ ਵੀ ਦੱਸਿਆ, ਕਹਿੰਦਾ ਤੁਹਾਡੇ ਸੂਟ, ਤੁਹਾਡੇ ਗਿਫਟ, ਉਹ ਸਾਰੇ ਮੈਂ ਦੇਖ ਕੇ ਜਦੋਂ। ਅੱਛਾ, ਉਹ ਦੇਣ ਦੇ ਬਾਅਦ ਜੀ, ਅਤੇ ਫਿਰ ਮੈਂ ਕਿਹਾ ਜੀ ਹੁਣ ਇੱਦਾਂ ਕਰੋ, ਇਹ ਜਿਹੜੇ ਲਾਲ ਸਿੰਘ ਅਤੇ ਇੱਕ ਆਪਣੇ ਹਾਜੀ ਮਕਬੂਲ, ਇਹ ਸਾਨੂੰ ਛੱਡ ਕੇ ਪਮਾਲ ਨੂੰ ਚਲੇ ਗਏ, ਪਿੰਡ ਉੱਥੋਂ ਤੁਹਾਨੂੰ ਸਕੂਲੇ ਛੱਡ ਕੇ ਪਮਾਲ ਚਲੇ ਗਏ, ਇਹਨੂੰ ਕੰਮ ਸੀ ਕੋਈ ਜਾਂ ਮਿਲਣ, ਇਹ ਉੱਥੇ ਚਲੇ ਗਏ। ਅਸੀਂ ਆਪਣੇ ਮਾਂ ਸਾਰਾ ਸਕੂਲ ਦੇਖਿਆ, ਹੈਂਜੀ, ਵਜ਼ੂ ਕੀਤਾ, ਨਮਾਜ਼ ਪੜ੍ਹੀ, ਸਜ਼ਾ ਕੀਤਾ। ਮੈਡਮ ਨੂੰ ਪੁੱਛਿਆ ਮੈਂ ਕਿਹਾ ਜੀ ਇੱਥੇ ਤੁਹਾਡਾ ਵਜ਼ੂ ਕਰਨ ਦਾ, ਉਹ ਟੂਟੀਆਂ ਲੱਗੀਆਂ ਨੇ, ਉੱਥੋਂ ਵਜ਼ੂ ਕਰਕੇ ਫਿਰ ਮੈਂ ਨਫਲ ਪੜ੍ਹਨੇ ਨੇ, ਸਜਦਾ ਕਰਨਾ ਵੀ ਮੈਂ ਸਕੂਲ 'ਚ ਆ ਜਾਣਾ, ਆਹ ਕੱਪੜਾ ਮੇਰਾ ਕੰਮ ਦਿੰਦਾ, ਇਹਨੂੰ ਮੈਂ ਮਸਾਲਾ ਬਣਾ ਲਿਆ। ਫਿਰ ਜਨਾਬ ਮੈਡਮ ਦੇ ਹੋਰ ਸਾਰੇ ਪਿੰਡ ਵਾਲੇ ਆਉਂਦੇ ਗਏ, ਔਰਤਾਂ ਆਉਂਦੀਆਂ ਗਈਆਂ, ਬੰਦੇ ਆਉਂਦੇ ਗਏ। ਅੱਛਾ, ਉਸ ਤੋਂ ਬਾਅਦ ਜੀ ਸਾਨੂੰ ਤਕਰੀਬਨ 4 ਵੱਜ ਗਏ। ਤੁਸੀਂ ਆਪਣੇ ਕਮਰੇ 'ਚ ਵੀ ਗਏ? ਇਹ ਦੱਸਿਆ ਪਹਿਲੇ ਤੁਹਾਨੂੰ, ਵੀ ਪਹਿਲਾਂ ਜਦੋਂ ਅਸੀਂ ਆਏ, ਉਹਨੇ ਨਰਿੰਦਰ ਅਮਰ ਸਿੰਘ ਨੇ, ਮੈਂ ਉਹਨੂੰ ਪੁੱਛਿਆ ਆਪਣਾ ਕਮਰਾ, ਕਮਰੇ ਉਹੀ ਨੇ, ਬਟਾਈ ਨਹੀਂ, ਬੜੇ ਬੜੇ ਗਾਰਡਨ ਨੇ, ਪੁਰਾਣੇ ਵਕਤ ਦੇ, ਦਰਵਾਜ਼ੇ ਵੀ ਹੋਈ, ਖਿੜਕੀਆਂ ਵੀ ਹੋਈ, ਅਤੇ ਮੈਂ ਕਿਹਾ ਕਮਰਾ ਹੈਗਾ? ਕਹਿੰਦਾ ਮੈਂ ਆ ਚੱਲੀਏ, ਮੈਂ ਸਾਰੇ ਠਾਲੇ,
ਸਾਰੇ ਠਾ ਕੇ ਜਨਾਬ ਕਮਰੇ ਚਲੇ ਗਏ। ਮੈਂ ਕਿਹਾ ਆਹ ਕਮਰਾ ਜੀ, ਉਹ ਕਮਰੇ ਦੀ ਨਿਸ਼ਾਨੀ ਸਾਡੇ ਦੇ ਜੀ ਇੱਕ ਐਂਡ 'ਤੇ ਕਮਰਾ ਸੀ, ਉਹਦੇ ਖਿੜਕੀਆਂ ਖੋਲ੍ਹੀਆਂ, ਬਾਹਰਲੇ ਪਾਸੇ ਮੇਨ ਰੋਡ ਆ ਜਾਂਦੇ ਕੱਚਾ ਰਾਹ ਬਾਜ਼ਾਰ, ਉਹ ਬਾਜ਼ਾਰ ਨੂੰ ਕ੍ਰਾਸ ਕਰੀਏ ਉਹਦੇ ਸਾਡੇ ਸਕੂਲ ਦਾ ਜਿਹੜਾ ਜ਼ਰੀ ਫਾਰਮ, ਉਹ ਜ਼ਰੀ ਫਾਰਮ ਨੂੰ ਪਾਸ ਕਰੀਏ ਉਹਦੇ ਨਾਲ ਰੇਲਵੇ ਲਾਈਨ, ਉਹ ਸਾਰਾ ਨਕਸ਼ਾ ਮੇਰੇ ਜ਼ਿਹਨ 'ਚ, ਉਹ ਕਮਰਾ ਮੈਂ ਲੱਭ ਲਿਆ, ਉਹਦੀ ਫੋਟੋ ਕਰਾਈ ਆ ਜਿਹੜੀ ਬਣੀ ਹੋਈ। ਔਰ ਉਸ ਤੋਂ ਬਾਅਦ ਫਿਰ ਮੈਂ ਹਜੇ ਹੁਣ ਆਬਾ ਜੀ ਦਾ ਕਮਰਾ ਲੱਭਣਾ, ਆਬਾ ਜੀ ਦਾ ਕਮਰਾ ਲੱਭ ਲਿਆ ਜੀ। ਹੁਣ ਆਬਾ ਜੀ ਦੇ ਕਮਰੇ 'ਚ ਕੀ ਚੀਜ਼ ਲੱਭੀ ਸਾਨੂੰ, ਉੱਥੇ ਲੱਕੜੀ ਦੀਆਂ ਅਲਮਾਰੀਆਂ ਸੀ ਉਸ ਵਕਤ ਦੀਆਂ, ਉਹ ਪਹਿਲਾਂ ਲੱਕੜੀ ਦੀਆਂ ਅਲਮਾਰੀਆਂ ਹੁੰਦੀਆਂ ਸੀ, ਉਹ ਜਿਹੜੇ ਸ਼ਗਿਰਦ ਆਬਾ ਜੀ ਦੇ, ਉਹ ਕਹਿੰਦੇ ਜੀ ਆਹ ਸਾਡੇ ਉਸਤਾਦ ਹੋਣ ਦੀਆਂ ਅਲਮਾਰੀਆਂ ਨੇ, ਇਹਦੇ ਵਿੱਚ ਸਾਡੇ ਹੀ ਪਰਚੇ ਪਏ ਨੇ। ਬਾਕੀ ਤਾਂ ਫਿਰ ਨਵੀਂ ਆ ਗਈ ਨਾ ਲੋਹੇ ਦੀਆਂ ਅਲਮਾਰੀਆਂ ਜਿੱਦਾਂ ਆਪਣੇ। ਮੈਡਮ ਮੈਂ ਪੁੱਛਿਆ, ਮੈਂ ਬੇਟਾ ਇਹਦੀ ਚਾਬੀ ਲੱਭ ਜਾਏਗੀ, ਕਹਿੰਦੀ ਹੈਗੀ ਇਹਦੀ। ਮੈਂ ਚਾਬੀ ਮੰਗਾ, ਚਾਬੀ ਮੰਗਾਈ, ਤਾਲਾ ਖੋਲ੍ਹਿਆ, ਤਾਲਾ ਖੋਲ੍ਹ ਕੇ ਜਨਾਬ ਉਹ ਮੁੰਡੇ ਜਿਹੜੇ ਸੀ ਆਬਾ ਦੇ ਸ਼ਗਿਰਦ, ਦੋਨੇ ਤਿੰਨੇ ਥੱਲੇ ਬਹਿ ਗਏ, ਉਹਨਾਂ ਨੇ ਜਨਾਬ ਰਜਿਸਟਰ ਖੋਲ੍ਹੇ, ਥੱਲੇ ਮਿੱਟੀ ਪਈ, ਇੱਕ ਦੋ ਰਜਿਸਟਰ ਝਾੜੇ, ਉਹ ਲੱਭ ਲਏ ਉਹਦੇ ਵਿੱਚ ਉਹਨਾਂ ਦੇ ਨਾਂ, ਅੱਬਾ ਜੀ ਦੇ ਹੱਥ ਦੇ ਲਿਖੇ, ਚਾਕੂ ਪਿਆ, ਕਲਮਾ ਕਰਨ ਵਾਲਾ, ਕਲਮਾ ਪਈਆਂ ਨੇ, ਕਲਮਾ ਕਰ। ਉਹਦੇ ਬਾਅਦ ਕਹਿੰਦੇ ਸਾਨੂੰ ਉਸਤਾਦ ਜੀ ਇੱਥੋਂ, ਚਲੋ ਚਲੋ ਇੱਥੋਂ ਸਾਨੂੰ ਕਲਮਾ ਚੁੱਕ ਕੇ ਦਿੰਦੇ, ਦੁਆਤਾਂ ਪਈਆਂ। ਉਹਦੇ ਬਾਅਦ ਜੋ ਰਜਿਸਟਰ ਦੇ ਉੱਤੇ ਜਨਾਬ ਜਿਹੜੀ ਨਵੀਂ ਚੀਜ਼ ਦੇਖੀ, ਉਹ ਰਜਿਸਟਰ ਜਦੋਂ ਉਹਨਾਂ ਨੇ ਨਾਂ ਲਿਖੇ ਅਤੇ ਅੱਗੇ ਫਿਰ ਅੱਬਾ ਜੀ ਦੇ ਦਸਤਖਤ ਦਿਖਾ ਤੇ ਵਲਾਇਤ ਅਲੀ ਵਕਲਮ ਖੁਦ, ਉਸ ਰਜਿਸਟਰ 'ਤੇ ਜਿਹੜਾ ਅਲਮਾਰੀ 'ਚ ਬੰਦ ਪਿਆ ਸੀ ਸੰਨ 47 ਦਾ, ਉਹ ਮੈਂ ਵੀ ਦੇਖਿਆ, ਮੈਡਮ ਦੇਖਿਆ ਸਰ। ਮੈਂ ਮੈਡਮ ਦਾ ਫਿਰ ਸ਼ੁਕਰੀਆ ਅਦਾ ਕੀਤਾ, ਮੈਂ ਜੀ ਇਹ ਤਾਂ ਤੁਸੀਂ ਬਹੁਤ ਬੜਾ ਕੰਮ ਦਿਖਾਤਾ ਕਿ ਵਲਾਇਤ ਅਲੀ ਦਾ ਨਾਂ 'ਤੇ ਇੱਕ ਪਾਸੇ ਦਸਤਖਤ ਮੌਜੂਦ ਨੇ, ਉੱਥੋਂ ਫਾਰਗ ਹੋਏ ਜੀ। ਫਿਰ ਮੈਂ ਮੈਡਮ ਨੂੰ ਕਿਹਾ, ਮੈਂ ਜੀ ਅਗਰ ਮੈਨੂੰ ਇਜਾਜ਼ਤ ਦੇਵੋ ਇਹ ਖਿੜਕੀ ਖੋਲ੍ਹਾਂ ਆਬਾ ਜੀ ਦੇ ਕਮਰੇ ਦੀ, ਇਹਦੇ ਖਿੜਕੀ ਦੇ ਫੌਰਨ ਬਾਅਦ 2 ਫੁੱਟ ਦੀ ਗਲੀ ਆ। ਹਾਂਜੀ ਹਾਂਜੀ ਕਰੋ ਗੱਲ। ਉੱਥੋਂ ਅਸੀਂ ਜਨਾਬ ਉਹ ਆਬਾ ਜੀ ਦਸਤ ਦੇਖ ਕੇ ਫਾਰਗ ਹੋ ਗਏ। ਮੈਂ ਫਿਰ ਉਹਨੂੰ ਕਿਹਾ ਜਿਹੜੇ ਪਿੰਡ ਦੇ ਬੰਦੇ ਸੀ ਕਿ ਮੈਨੂੰ ਆਪਣਾ ਪਿੰਡ ਵੀ ਗਲੀ ਦਿਖਾ ਕੇ ਲਿਓ ਆਪਣੇ ਘਰ। ਅਸੀਂ ਨਰਿੰਦਰ ਸਿੰਘ, ਮਹਿੰਦਰ ਸਿੰਘ, ਇਹ ਅਸੀਂ ਆ ਗਏ ਪਿੰਡ ਦੇ ਵਿੱਚ ਆਪਣਾ ਘਰ ਦੇਖਿਆ ਦਾਦੇ ਦਾ, ਇੱਕ ਖੂਹ ਸੀ ਉੱਥੇ, ਉਹਨੂੰ ਜਗਨਾ ਖੂਹ ਕਹਿੰਦੇ ਸੀ, ਉਹ ਵੀ ਦੇਖਿਆ, ਖੂਹ ਖਤਮ ਨੇ ਜਿੱਦਾਂ ਆਪਣੇ ਖਤਮ ਹੋਏ ਨੇ, ਉਹਦੀ ਮੌਣ ਮੌਜੂਦ ਸੀ, ਮੌਣ ਨੂੰ ਮੈਂ ਸਜਦਾ ਕੀਤਾ ਖੂਹ ਦੀ ਨੂੰ ਵੀ ਮੇਰੇ ਪਿੰਡ। ਉਹਦੇ ਬਾਅਦ ਮੁੜ ਕੇ ਇੱਕ ਜਗ੍ਹਾ ਖੜ੍ਹਾ, ਮੈਂ ਜੀ ਆਹ ਸ਼ੇਰ ਦਰਜ਼ੀ ਦਾ ਘਰ ਆ, ਆਹ ਮੱਲੇ ਨਾਈ ਦਾ ਘਰ ਆ। ਉਹ ਜਦੋਂ ਮੈਂ ਉਹਨੂੰ ਕਿਹਾ ਮੱਲੇ ਨਾਈ ਦਾ ਘਰ ਆ, ਉਹਦੀ ਨਿਵਾਸੀ ਖੜ੍ਹੀ ਸੀ ਉੱਥੇ ਦਰਵਾਜ਼ੇ 'ਚ, ਅਤੇ ਉਹ ਸੁਣ ਕੇ ਦੌੜ ਕੇ ਆਈ, ਆ ਕੇ ਕਹਿੰਦੀ ਆ ਵੀਰ ਜੀ ਇਹ ਜਿਹੜੇ ਨੇ ਇਹ ਪਾਕਿਸਤਾਨ 'ਚੋਂ ਆਏ ਨੇ, ਇਹ ਮਾਰਟ ਬਲੈਦ ਦੇ ਬੇਟੇ ਨੇ। ਅੱਛਾ ਉਹ ਉੱਥੇ ਹੀ ਰਹਿੰਦੇ ਅਜੇ? ਇਹ ਬੱਚੇ ਉਸ ਮੱਲਾ ਨਾਈ ਉੱਥੇ ਦਾ ਹੀ ਸਿੱਖ ਹਿੰਦੂਆਂ ਦਾ, ਇਹ ਬੱਚੀ ਇਹ ਆਪਣੇ ਦੰਦ ਵਿੱਚ ਖੜੀ, ਉਹਦੀ ਵਜ੍ਹਾ ਮੁਸਲਮਾਨ ਜੋ ਆਏ ਨੇ, ਇਸ ਬੱਚੇ ਇਹ ਵੀ ਟੀਚਰ ਆ, ਇਹਨੂੰ ਵੀ ਪਤਾ ਸੀ ਵੀ ਆਉਣਾ, ਲੇਕਿਨ ਇਤਲਾਹ ਕੋਈ ਨਹੀਂ ਸੀ। ਇਹ ਮੁੱਲਾਂਪੁਰ ਪੜ੍ਹਾਉਂਦੀ ਆ, ਉਸ ਮੁੱਲਾਂਪੁਰ ਸੀ, ਸ਼ਾਮ ਦਾ ਟਾਈਮ ਸੀ। ਇੱਥੇ ਮੈਂ ਹਾਂ ਬੇਟਾ ਮੈਂ ਉਹੀ ਹਾਂ ਮਾਰਟ ਵਲੈਦ ਦਾ ਬੇਟਾ, ਅਸੀਂ ਬਹੁਤ ਦੇਰ ਦਾ ਇੰਤਜ਼ਾਰ ਆ, ਆਉਣਾ ਆਉਣਾ ਕਰ ਲੈ ਗਈ, ਚਾਏ ਫੜਾਈ, ਬਿਸਕੁਟ ਖਿਲਾਏ, ਪੜੋਸੀ ਆ ਗਏ, ਰਾਜ ਪੈ ਗਈ ਸਾਨੂੰ ਉੱਥੋਂ, ਯਾਨੀ ਇਹ ਬੱਚੀ ਨੇ ਇਹ ਲਾਗੇ ਕਰਕੇ ਵਿਖਾਓ ਜ਼ਰਾ, ਇਹ ਬੱਚੀ ਜਿਹੜੀ ਇਹਦਾ ਨਾਂ ਗਗਨ, ਗਗਨ ਕੌਰ ਆ, ਗਗਨ ਬਦੋਵਾਲ, ਹਾਂ ਲਾਲ ਸੂਟ ਵਾਲੀ, ਲਾਲ ਸੂਟ ਵਾਲੀ, ਇਹ ਮੁੱਲਾਂਪੁਰ ਪੜਾਉਂਦੀ, ਲਾਲ ਸੂਟ ਵਾਲੀ, ਲਾਲ ਸੂਟ ਵਾਲੀ, ਇਹਦਾ ਇਹ ਬਦੋਵਾਲ ਦੀ ਕੁੜੀ। ਅੱਛਾ ਉਹਦੇ ਬਾਅਦ ਇਹ ਨਰਿੰਦਰ ਸਿੰਘ ਆ ਜਿਹਦੇ ਘਰ ਮੈਂ ਰਹੇ, ਆਹ ਮੈਡਮ ਆ ਉੱਥੇ ਦੀ। ਅੱਛਾ ਮਾਸਟਰ ਜੀ ਤੁਸੀਂ ਗੱਲ ਕਰਦੇ ਸੀ ਬਦੋਵਾਲ ਸਕੂਲ ਜੀ, ਸਕੂਲੋਂ ਫਿਰ ਤੁਸੀਂ ਆਪਣੇ ਕਮਰੇ 'ਚ ਗਏ ਜੀ, ਜੀ ਆਪਣੀ ਸੀਟ 'ਤੇ ਜਦੋਂ ਬੈਠੇ ਆਪਣੇ ਕਮਰੇ 'ਚ ਗਏ ਕੀ ਮਹਿਸੂਸ ਕੀਤਾ? ਆਪਣੇ ਕਮਰੇ 'ਚ ਜਾ ਕੇ ਜੀ ਇਹ ਮਹਿਸੂਸ ਹੋਇਆ ਵੀ ਦੇਖੋ ਅੱਲਾਹ ਦਾ ਨਿਜ਼ਾਮ ਜੀ ਵੰਡ ਪੈ ਗਈ, ਪਾਕਿਸਤਾਨ ਬਣ ਗਿਆ, 67 ਸਾਲ ਗੁਜ਼ਰ ਗਏ, ਵਾਲਦੈਨ ਟੁਰ ਗਏ, ਕੋਈ ਵਾਕਫਕਾਰ ਹੈ ਨਹੀਂ, ਸਿਰਫ ਅੱਲਾਹ ਦੇ ਰਿਸ਼ਤਾ ਜਿਹੜਾ ਮੇਰੇ ਵਾਲਦੇ ਮੋਹਤਮ ਦੇ ਸ਼ਗਿਰ ਸੀ ਉਹਨਾਂ ਨੇ ਪਹਿਚਾਣ ਲਿਆ, ਉਹਨਾਂ ਦੇ ਨਾਂ ਨੂੰ ਪਹਿਚਾਣ ਲਿਆ ਅਤੇ ਕਮਰਾ ਆਪਣਾ ਦੇਖ ਲਿਆ, ਕਮਰੇ 'ਚ ਕਦਮ ਰੱਖ ਲਿਆ ਜਿੱਥੇ ਮੈਂ ਸਾਸਾ 1947 'ਚ ਪੈਰਾਂ ਪਾਇਆ ਸੀ, ਅੱਜ 2015 ਦੇ 2015 ਦੇ ਵਿੱਚ ਮੈਂ ਆ ਕੇ ਬੈਠਾਂ। ਇਹ ਮਿਹਰਬਾਨੀ ਆ ਅੱਲਾਹ ਦੀ ਜ਼ਾਤ ਦੀ, ਕਰਮ ਨਵਾਜ਼ੀ ਉਹਦੀ, ਜਾਂ ਇਹਨਾਂ ਦੋਸਤਾਂ ਦਾ, ਲਾਲ ਸਿੰਘ ਦਾ ਅਤੇ ਅੱਬਾ ਜੀ ਦੇ ਸ਼ਗਿਰਦ ਦਾ, ਮੈਡਮ ਦਾ ਸ਼ੁਕਰੀਆ ਕਿ ਜਿਹਨੇ ਮੈਨੂੰ ਚੀਜ਼ ਦਿਖਾ ਦਿੱਤੀ, ਇਹ ਮਹਿਸੂਸ ਕੀਤਾ ਜੀ।
ਬਹੁਤ ਪਿਆਰਾ ਲੱਗਿਆ ਜੀ, ਬਹੁਤ ਸਕੂਨ ਆਇਆ ਉੱਥੇ ਜਾ ਕੇ। ਅਤੇ ਦਿਲ ਕਰਦਾ ਸੀ ਵੀ ਇਹ ਅੱਲਾਹ ਤਾਲਾ ਸਾਨੂੰ ਇਹ ਮੁਕਾਮ ਦੇ ਹੀ ਰੱਖੇ, ਲੇਕਿਨ ਤਕਾਜ਼ੇ ਪੂਰੇ ਕਰਨੇ ਸੀ, ਇੱਕ ਮਿੰਟ ਦੇ ਪਹਿਲੇ ਮੁੜਨੇ ਸੀ, ਮੁੜਿਆ। ਅੱਛਾ, ਉੱਥੋਂ ਫਿਰ ਤੁਸੀਂ ਸਕੂਲੋਂ ਨਿਕਲੇ, ਫਿਰ ਕਿੱਥੇ ਗਏ? ਸਕੂਲੋਂ ਨਿਕਲ ਕੇ ਜੀ ਆਪਣੇ ਘਰ ਚਲੇ ਗਏ, ਜਿਹੜਾ ਸਾਡਾ ਦਾਦੇ ਦਾ ਘਰ ਸੀ। ਅੱਛਾ, ਉਹਦੀ ਵਿਜ਼ਿਟ ਕੀਤੀ, ਉੱਥੇ ਇੱਕ ਮਾਈ ਬੈਠੀ ਸੀ, ਅੰਦਰ ਵੜਿਆ ਮੈਂ, ਅੰਦਰ ਵੜ ਕੇ ਨਾਲ ਦੇ ਪੜੋਸੀਆਂ ਚਲਾ ਗਿਆ। ਉਹਨਾਂ ਨੂੰ ਮੈਂ ਪੁੱਛਿਆ ਵੀ ਤੁਸੀਂ ਇਹ ਮਕਾਨ ਸਾਡਾ ਕਿਉਂ ਲਿਆ, ਲਿਹਾਜ਼ਾ ਇੱਥੇ ਜਿੱਦਾਂ ਅਸੀਂ ਗਏ ਹਾਂ, ਇੱਥੇ ਤੂੜੀ ਵਾਲਾ ਕਮਰਾ ਸੀ ਮੇਰੇ ਅੱਬਾ ਜੀ ਦੇ ਅਤੇ ਮੇਰੀ ਵਾਲਦਾ, ਸਾਰੇ ਇੱਥੇ ਜ਼ੇਵਰ ਪੋਟਲੀ ਬਣ ਕੇ ਉਹ ਸਾਨੂੰ ਦੇਵੋ। ਉਹ ਜਿਹੜੀ ਮਾਈ ਆ ਉਹ ਹੱਸ ਵੀ ਕਹਿੰਦੀ, ਵੀਰ ਅਸੀਂ ਤਾਂ ਕੈਨੇਡਾ ਤੋਂ ਆਏ ਹਾਂ, ਅਸੀਂ ਤਾਂ ਆ ਕੇ ਮਕਾਨ ਮੋਲਿਆ ਤਾਂ ਪਹਿਲਾਂ ਕੋਈ ਲੱਗ ਗਿਆ ਹੋਣਾ। ਮੈਂ ਚਲੋ ਲੈਂਦੇ ਨਹੀਂ, ਉਹਨਾਂ ਨੂੰ ਵਿਜ਼ਿਟ ਕੀਤੀ, ਬੈਠੋ ਬਿਠਾਇਆ, ਹਰ ਚੀਜ਼ ਪੁੱਛੀ, ਮੁਹੱਬਤ ਕੀਤਾ। ਫਿਰ ਨਾਲ ਆਪਣੇ ਇੱਕ ਘਰ ਸੀ, ਉਹਨਾਂ ਨੂੰ ਬੁਲਾਇਆ ਮੈਂ, ਉਹਨਾਂ ਨੂੰ ਪਤਾ ਚੱਲਿਆ ਮਾਰਟ ਬਲੈਰ ਦਾ ਬੇਟਾ ਹੈ। ਉਹਨੇ ਵੀ ਲਿਆ ਕੇ ਫਿਰ ਆਪਣੀ ਫੋਟੋ ਦਿਖਾਈ ਦਾਦੀ ਦੀ। ਉਸ ਤੋਂ ਬਾਅਦ ਫਿਰ ਸਾਹਮਣੇ ਬੇਲੀ ਰਾਮ ਜੀ ਦਾ ਮੈਂ ਜ਼ਿਕਰ ਕੀਤਾ, ਉਹਦੇ ਘਰ 'ਚ ਵੀ ਪੈਰ ਪਾਇਆ। ਉਹ ਤਾਂ ਨਹੀਂ ਸੀ, ਲੇਕਿਨ ਘਰ ਬਦਲ ਚੁੱਕੇ ਨੇ, ਜਿੱਦਾਂ ਅਸੀਂ ਘਰ, ਉਹਨਾਂ ਨੇ ਸਾਰੀਆਂ ਬਿਲਡਿੰਗਾਂ। ਫਿਰ ਮਸਜਿਦ ਦੇਖੀ ਜਾ ਕੇ, ਮਸਜਿਦ ਵੀ ਬੜੀ ਖੁੱਲ੍ਹੀ ਸਾਫ਼ ਸੁਥਰੀ ਬਣ ਗਈ, ਹਾਲਾਂਕਿ ਮੁਸਲਮਾਨ ਹੈ ਨਹੀਂ, ਲੇਕਿਨ ਉਹ ਜਿਹੜਾ ਇਹਨਾਂ ਦਾ ਫੰਡ ਹੈਗਾ ਆਪਣੇ, ਜਿੱਦਾਂ ਆਪਣੇ ਇੱਥੇ ਬਣਿਆ ਹੋਇਆ ਜਿਹੜੇ ਮਹਿਕਮਾ ਔਕਾਫ ਵਾਲੇ, ਉਹਨਾਂ ਸੰਭਾਲੀ ਮਸਜਿਦ ਅੱਛੀ ਤਰ੍ਹਾਂ ਦੁਬਾਰਾ ਬਣਾਈ ਹੈ। ਫਿਰ ਚੌਕ ਗਿਆ, ਫਿਰ ਆਪਣੇ ਪੁਰਾਣੇ ਘਰ 'ਚ ਗਿਆ ਜਿੱਥੇ ਮੇਰੇ ਅੱਬਾ ਜੀ ਦਾ ਘਰ ਸੀ, ਜਿੱਥੇ ਅਸੀਂ ਰਹਿੰਦੇ ਸੀ, ਪਿਛਲੇ ਪਾਸੇ ਸਟੇਸ਼ਨ ਹੈ, ਉਹ ਦੇਖਿਆ। ਫਿਰ ਮੁੜ ਕੇ ਡਾਕਖਾਨੇ ਦੇ ਚੌਕ 'ਚ ਆ ਗਏ, ਸਾਰੇ ਘਰ ਦੇਖੇ ਜੀ। ਦੁਬਾਰਾ ਫਿਰ ਇੱਕ ਜਗ੍ਹਾ ਮੈਂ ਗਿਆ ਅਤੇ ਉੱਥੇ ਜਾ ਕੇ ਦੇਖਿਆ ਕਿ ਉੱਥੇ ਇੱਕ ਮੈਂ, ਤੁਸੀਂ ਆਪਣੇ ਘਰ 'ਚ ਗਏ? ਹਾਂਜੀ, ਅਤੇ ਉੱਥੇ ਘਰ ਦੇ ਸਾਰਾ ਬਦਲਿਆ, ਕੋਈ ਚੀਜ਼ ਮੌਜੂਦਾ ਉਹ ਬਦਲਿਆ ਹੈ। ਅਤੇ ਜਿਹੜੇ ਪਿੰਡ ਦੇ ਲੋਕ ਸੀ ਉਹ ਤੁਹਾਡਾ ਇਸਤਕਬਾਲ ਇਸਤਕਬਾਲ ਦੇਖੋ ਜੀ, ਇਸਤਕਬਾਲ ਤਾਂ ਇਸ ਤਰੀਕੇ ਨਾਲ ਕੀਤਾ ਉਹਨਾਂ ਨੇ ਕਿ ਮੈਂ ਜਦੋਂ ਬੋਲਣਾ ਵੀ ਆਹ ਜਿਹੜਾ ਘਰ ਆ ਫਲਾਨੇ ਦਾ, ਅਤੇ ਉਹ ਅੱਜ ਖੁਦ ਖੁਸ਼ ਹੁੰਦੇ ਸੀ ਵੀ ਇਹਨਾਂ ਨੂੰ ਪਤਾ ਕਿ ਇਹ ਇੱਕ ਤਸਵੀਰ ਹੈ। ਇਹਦੇ ਵਿੱਚ ਮੈਂ ਪੁੱਛਿਆ, ਮੈਂ ਕਿਹਾ ਕਿਹਦਾ ਘਰ ਆ? ਇਹ ਬੱਚਾ, ਇਹਨੂੰ ਮੈਂ ਦੱਸਿਆ ਵੀ ਇਹ ਦੀਪੇ ਟਾਂਗੇ ਦਾ ਘਰ ਆ। ਅੱਛਾ, ਉਹ ਬੱਚਾ ਕਰਕੇ ਕਿ ਦੀਪਾ ਟਾਂਗੇ ਵਾਲਾ ਬੱਚਾ, ਹਾਂ ਇਹਨੂੰ ਦੱਸਿਆ? ਇਹਨੂੰ ਦੱਸਿਆ ਨਾ, ਉਦੋਂ ਘਰਦੇ ਵੀ ਦੀਪੇ ਟਾਂਗੇ ਵਾਲਾ, ਮੈਂ ਕਿਹਾ ਜੇ ਉਹਨੇ ਦੀਪੇ ਦਾ ਨਾਂ ਸੁਣ ਕੇ ਫੌਰਨ ਆ ਕੇ ਮੈਨੂੰ ਜੱਫੀ ਪਾ ਲਈ, ਔਰ ਜਿੰਨੇ ਦਿਨ ਫਿਰ ਮੈਂ ਰਿਹਾ ਉੱਥੇ ਮੇਰੇ ਨਾਲ ਹੀ ਫਿਰਿਆ ਬਦੋਵਾਲ। ਅੱਛਾ ਅੱਛਾ, ਸਹੀ, ਪਿਆਰ ਤਾਂ ਬਹੁਤ ਕੀਤਾ ਉਹਨਾਂ ਨੇ। ਫਿਰ ਉਹਦੇ ਬਾਅਦ ਪਿਛਲੇ ਪਾਸੇ ਬਹਿ ਜਿਹੜਾ ਦਰਮਿਆਨ ਵਾਲਾ, ਹਾਂਜੀ ਹਾਂਜੀ ਦਰਮਿਆਨ ਵਾਲਾ, ਅੱਛਾ ਇਹ ਫਿਰ ਨਾਲ ਹੀ ਰਿਹਾ ਜਿੰਨੇ ਦਿਨ ਰਿਹਾ। ਇਸੇ ਤਰ੍ਹਾਂ ਫਿਰ ਆਪਣੇ ਪਿਛਲੇ ਪਾਸੇ ਸਾਡਾ ਘਰ ਸੀ ਦਾਦੇ ਦਾ, ਉੱਥੇ ਦੇਖਣ ਗਏ, ਉਹਨਾਂ ਨੂੰ ਵੀ ਜਾ ਕੇ ਦੱਸਿਆ ਉਹ ਬਈ ਇੱਥੇ ਸਾਡਾ ਦਾਦਾ ਅਲੀ ਸ਼ੇਰ ਰਹਿੰਦਾ ਸੀ। ਉਹਨਾਂ ਨੇ ਵੀ ਜਨਾਬ ਆਪਣਾ ਸੁਨਿਆਰਾ ਦਾ ਘਰ ਸੀ, ਕਹਿੰਦੇ ਹੁਣ ਅੱਗੇ ਵਿਕ ਗਿਆ, ਉਹਨਾਂ ਨੇ ਵੀ ਕੋਠੀ ਕੈਨੇਡਾ 'ਚ ਆਏ ਨੇ, ਉਹਨਾਂ ਕੋਠੀ ਬਣਾ ਲਈ ਉੱਥੇ, ਬੜੇ ਬੜੇ ਦਰੱਖਤ ਸਾਰੇ ਘੱਟਦੇ ਨੇ, ਸਾਰੀਆਂ ਚੀਜ਼ਾਂ ਜਿੱਦਾਂ ਆਪਣੇ ਬਦਲੀ, ਇਹ ਤਾਂ ਬਦਲ ਚੁੱਕੀਆਂ ਨੇ। ਅੱਛਾ ਜੀ, ਆਹ ਜਿਹੜਾ ਮਸਲਾ, ਆਹ ਸਰਦਾਰ ਸਾਹਿਬ ਜਿਹੜੇ, ਇਹ ਤਾਂ ਮੈਡਮ ਹੋ ਗਈ ਨਾ, ਇਹ ਲਾਗੇ ਕਰਕੇ ਵਿਖਾਓ ਜੀ ਮੈਡਮ ਸਕੂਲ ਦੀ। ਇਹ ਜੀ ਮੈਡਮ ਬਦੋਵਾਲ ਦੇ ਵਿੱਚ, ਇਹਨਾਂ ਨਾਂ ਕਰਮਜੀਤ ਕੌਰ, ਕਰਮਜੀਤ MBA MBA ਪ੍ਰਿੰਸੀਪਲ, ਪ੍ਰਿੰਸੀਪਲ, ਬਹੁਤ ਖੁਸ਼, ਬਹੁਤ ਹੀ ਅੱਛੇ ਮੂਡ ਵਾਲੀ, ਪਿਆਰ ਕਰਨ ਵਾਲੀ ਜਣੀ, ਬਹੁਤ। ਹੁਣ ਵੀ ਮੇਰਾ ਇਹਨਾਂ ਤੋਂ ਲੋਕਾਂ ਦਾ ਪਰਸੋਂ ਟੈਲੀਫੋਨ ਕੀਤਾ, ਇਹਨਾਂ ਥੋੜ੍ਹੇ ਜਿਹੇ ਦਿਨ ਗਿਆ ਨਾ, ਦੱਸਿਆ ਮੈਂ ਇਹਨਾਂ ਨੂੰ ਅਤੇ ਬੁਲਾਉਂਦੇ ਨੇ। ਉਸ ਤੋਂ ਬਾਅਦ ਆਹ ਬਾਈ ਦੇ ਸ਼ਾਗਿਰਦ ਨੇ ਦੋ, ਇਹ ਅੱਬਾ ਜੀ ਦੇ ਸ਼ਾਗਿਰਦ ਨੇ ਨਰਿੰਦਰ ਸਿੰਘ ਅਤੇ ਮਹਿੰਦਰ ਸਿੰਘ। ਅੱਛਾ ਅੱਛਾ, ਇਹ ਤੁਹਾਨੂੰ ਉੱਥੇ ਮਿਲੇ? ਉੱਥੇ ਦਫ਼ਤਰ 'ਚ ਆ ਕੇ ਮਿਲੇ ਜਦੋਂ ਐਲਾਨ ਹੋਇਆ ਕਿ ਮਾਰਟ ਬਲੈਰ ਦਾ ਬੇਟਾ ਆਇਆ। ਇਹ ਲਾਲ ਸਿੰਘ ਹੈ ਜਿਹਨਾਂ ਨੇ ਵੀਜ਼ਾ ਭੇਜਿਆ ਸੀ ਖੰਨੇ ਤੋਂ, ਲਾਲ ਸਿੰਘ ਖੰਨੇ ਤੋਂ, ਇਹ ਨਾਲ ਇਹਨਾਂ ਦਾ ਪੋਤਾ, ਇਹਨਾਂ ਦਾ ਪੋਤਾ। ਔਰ ਉਹ ਲਾ ਲਓ, ਆਹ ਦੇਖੋ, ਆਹ ਜਿਹੜਾ ਆਹ ਵੀ ਫੋਟੋ ਲਾਲ ਸਿੰਘ ਦੀ ਫੈਮਿਲੀ ਦੀ, ਉਹਦੀ ਬੀਵੀ ਆ, ਉਹਦੀਆਂ ਦੋ ਨੌਵਾਂ ਨੇ ਅਤੇ ਲਾਲ ਸਿੰਘ ਦੋ ਵਾਰੀ ਇੱਥੇ ਫਿਰ ਗਿਆ ਮੇਰੇ ਕੋਲ ਆ ਕੇ। ਅੱਛਾ, ਇੱਥੇ ਇਸ ਘਰ 'ਚ ਵੀ ਇਹਦੀ ਬੀਵੀ ਵੀ ਆਈ ਹੈ, ਇਹਦੀ ਬੀਵੀ ਇੱਥੇ ਫਿਰ ਗਈ ਹੈ। ਉਸ ਤੋਂ ਬਾਅਦ ਆਹ ਲਾਲ ਸਿੰਘ ਦੀ ਪੂਰੀ ਫੈਮਿਲੀ ਹੈ ਜਿਹਨਾਂ ਨੇ ਵੀਜ਼ਾ ਭੇਜਿਆ, 10 ਦਿਨ ਜਿਹਨਾਂ ਨੇ ਸਾਨੂੰ ਮਹਿਮਾਨ ਨਵਾਜ਼ ਰੱਖੀ, ਕਾਰ 'ਚ ਚੜਾਇਆ, ਕਿਤੇ ਪਾਸੇ ਹਿੱਲ ਨਹੀਂ ਦਿੱਤਾ, ਕਾਰ 'ਚ ਲੈ ਕੇ ਫਿਰਦੇ ਰਹੇ ਨੇ। ਅਤੇ ਆਹ ਲੁਧਿਆਣੇ ਦਾ ਘੰਟਾ ਘਰ ਚੌਕ, ਘੰਟਾ ਘਰ ਖੁਦ ਨਜ਼ਰ ਆ ਰਿਹਾ, ਖੁਦ ਫੋਟੋ ਲਏ ਸੀ ਉੱਥੋਂ। ਅਤੇ ਇਹ ਲੁਧਿਆਣੇ ਦੇ ਸਰਦਾਰ ਹੈ, DPS ਸਕੂਲ ਪੜ੍ਹਾਉਂਦਾ, ਇਹਨਾਂ ਨਾਲ ਮੇਰੀ ਮੁਲਾਕਾਤ 24-23-2007 'ਚ ਹੋਈ ਸੀ, ਨਵੰਬਰ 2007 'ਚ, ਠੀਕ ਹੋ ਗਿਆ। ਅਤੇ ਇਹ ਫਿਰ ਇਹਨਾਂ ਨੇ ਲੁਧਿਆਣੇ ਮੈਨੂੰ
ਕਬੂਲ ਕੀਤਾ। ਅਬਾਈ ਦੇ ਸ਼ਗਿਰਦੇ ਨੇ ਨਰਿੰਦਰ ਸਿੰਘ ਜੀ, ਇਹਨੇ ਨਾਲ ਪੋਤੀ ਆ, ਇਹ ਮੈਨੂੰ ਗਿਫਟ ਦੇ ਰਹੇ ਨੇ, ਗਿਫਟ ਪੇਸ਼ ਕਰ ਰਹੇ ਨੇ। ਇਹ ਤਾਂ ਦਿਖਾ ਰਿਹਾ ਸੀ ਆਹ ਪਿੰਡ ਦੇ ਲੋਕ ਜਿੱਧਰ ਮੈਂ ਮੋੜਨਾ ਸੀ ਬਦੋਵਾਲ ਤੋਂ, ਇਹ ਪੂਰੇ ਪਿੰਡ ਦੇ ਦੋਸਤ ਅਬਾਬ ਜਿਹੜੇ ਜਿਹਨੂੰ ਪਤਾ ਚੱਲਦਾ ਸੀ ਵੀ ਮਾਸਟਰ ਸਾਹਿਬ ਦਾ ਬੇਟਾ ਜਾਣੇ ਅਤੇ ਮੈਨੂੰ ਸੀ ਆਫ ਕਰਨ ਆਏ ਨੇ, ਗਿਫਟ ਪੇਸ਼ ਕਰ ਰਹੇ ਨੇ। ਆਹ ਦੋ ਫੋਟੋ, ਇੱਕ ਇਹਨਾਂ 'ਚ ਅਮਰ ਸਿੰਘ ਨੇ ਲਾਲ ਸੂਟ ਵਾਲੇ, ਇਹ ਮੇਰੇ ਕਲਾਸ ਵੱਲੋਂ ਨਿਕਲੇ, ਇਹਨਾਂ ਨੇ ਕਿਹਾ ਤੇ ਆਪਾਂ ਇਕੱਠੇ ਪੜ੍ਹਦੇ ਰਹੇ। ਦੂਸਰਾ ਨਰਿੰਦਰ ਸਿੰਘ ਆ, ਬੜੇ ਭਾਈ ਦਾ ਦੋਸਤ, ਉਹਦਾ ਕਲਾਸ ਫੈਲੋ, ਅੱਬਾ ਜੀ ਦੇ ਸ਼ਿਕਰ, ਦੋਨੇ ਅੱਬਾ ਜੀ ਦੇ ਸ਼ਿਕਰ। ਅੱਛਾ ਅੱਛਾ, ਇਹ ਹਾਜੀ ਮਕਬੂਲ ਹੈ ਮੇਰੇ ਨਾਲ ਸੀ ਇੱਥੇ ਦੇ ਤਫੈਲ ਦਾ ਚਾਚੇ ਜੀ ਨੇ। ਅੱਛਾ, ਇਹ ਇਹਨਾਂ ਦਾ ਵੀਜ਼ਾ ਮੇਰੇ ਨਾਲ ਸੀ, 10 ਦਿਨ ਇਕੱਠੀ ਰਹਿ ਕੇ ਆਏ। ਇਹ ਤੇ ਇਹਨਾਂ ਦੀ ਬੀਵੀ, ਇਹ ਤੇ ਇਹਦੀ ਬੀਵੀ, ਠੀਕ ਹੋ ਗਿਆ। ਚਲੋ ਬਸ ਕਰੀ ਤਸਵੀਰਾਂ ਹੁਣ। ਹਾਂਜੀ ਹਾਂਜੀ, ਚਲੋ ਢੋ ਲਾ ਲਓ ਤੁਸੀਂ। ਅੱਛਾ ਹਾਂਜੀ, ਅੱਛਾ, ਅਤੇ ਪਿੰਡ ਦੇ ਲੋਕਾਂ ਨੇ ਤੁਹਾਡੀ ਬੜਾ, ਪਿੰਡ ਦੇ ਲੋਕਾਂ ਨੇ ਜੀ ਬਹੁਤ ਆਫਤ ਕੀਤੀ। ਅਗਰ ਕੋਈ ਆਮ ਵੀ ਆਦਮੀ ਮਿਲਦਾ ਸੀ, ਉਹਨਾਂ ਨੇ ਕਹਿਣਾ ਅੰਦਰ ਆ ਜਾਓ, ਚਾਹ ਪੀਣੀ ਆ, ਰੋਟੀ ਖਾਣੀ ਆ, ਅਸੀਂ ਤੁਹਾਡੀ ਮਹਿਮਾਨ ਨਵਾਜ਼ੀ ਕਰਨੀ ਹੈ। ਕੋਈ ਨਫ਼ਰਤ ਨਹੀਂ, ਪਾਕਿਸਤਾਨ ਦੇ ਹਾਲਤ ਪੁੱਛਦੇ ਸੀ, ਮੁਹੱਬਤ ਪਿਆ, ਆਪਣਾ ਅਜ਼ਹਾਰ ਕਰਦੇ ਸੀ ਵੀ ਇਹ ਕੀ ਬਣਿਆ ਕਿ ਵਿਛੋੜਾ ਪਾ ਤਾ ਸਾਡੇ 'ਚ, ਬੱਕਰੇ ਕਲਹਿਦਾ ਹੋ ਗਏ, ਬਾਤ ਕੁਛ ਵੀ ਨਹੀਂ, ਅਗਰ ਇਕੱਠੇ ਰਹਿੰਦੇ ਅੱਛੀ ਬਾਤ ਸੀ। ਦੁੱਖ ਉਹਨਾਂ ਨੂੰ ਵੀ ਆ ਇਸ ਚੀਜ਼ ਦਾ। ਅੱਛਾ, ਉਸ ਤੋਂ ਬਾਅਦ ਜਿਸ ਦਿਨ ਮੈਂ ਦੂਜੀ ਦਫ਼ਾ 17 ਤਾਰੀਖ ਨੂੰ 19/11 ਦੁਬਾਰਾ ਗਿਆ ਬਦੋਵਾਲ ਖੰਨੇ ਤੋਂ, ਲੇਕਿਨ ਉੱਧਰ ਮੈਂ ਲਾਲ ਸਿੰਘ ਨੂੰ ਨਾਲ ਲਿਆ। ਮੈਂ ਜੀ ਸਾਨੂੰ ਬੱਸ 'ਚ ਬਿਠਾਓ ਖੰਨੇ ਤੋਂ, ਅਸੀਂ ਲੁਧਿਆਣੇ ਚਲੇ ਜਾਣਾ। ਉਹ ਕਹਿੰਦਾ ਨਹੀਂ, ਮੈਂ ਜੀ ਪਹੁੰਚ ਜਾਵਾਂਗੇ ਕੋਈ, ਹੁਣ ਬਰਕਾ ਬੱਸ 'ਚ ਬਹਿ ਗਏ, ਮੈਂ ਬਹਿ ਗਿਆ ਅਤੇ ਹਾਜੀ ਮਕਬੂਲੋ ਦੀ ਬੀਵੀ, ਟਿਕਟ 30-30 ਰੁਪਏ ਦਾ ਆਇਆ। ਅਸੀਂ ਖੰਨੇ ਪਹੁੰਚ ਗਏ, ਖੰਨੇ ਤੋਂ ਬੱਸ 'ਚ ਬਿਠਾ ਤਾ, ਲੁਧਿਆਣੇ ਆ ਗਏ। ਲਾਲ ਸਿੰਘ ਨੇ ਜਿਸ ਕੋਲ ਅਸੀਂ ਆਉਣਾ ਸੀ, ਸਰਦਾਰ ਪਰਮਜੀਤ ਸਿੰਘ ਜਿਹੜਾ DPH ਪੜ੍ਹਾਉਂਦੇ ਨੇ, ਤਸਵੀਰ ਵਿਖਾ ਤੁਸੀਂ, ਉਹਨਾਂ ਨੂੰ ਕਿਹਾ ਵੀ ਆ ਰਹੇ ਨੇ। ਇਹਨਾਂ ਨਾਲ ਮੇਰੀ ਮੁਲਾਕਾਤ ਸਿਰਫ 5 ਮਿੰਟ ਹੋਈ ਸੀ ਨਨਕਾਣਾ ਸਾਹਿਬ, 2006 'ਚ ਜਾਂ 7 'ਚ, 7 'ਚ ਹੋਈ ਅਤੇ ਲੇਕਿਨ ਇਹਨਾਂ ਨੇ ਜਦੋਂ ਟੈਲੀਫੋਨ ਕੀਤਾ ਮੈਂ ਉਹਨਾਂ ਨੂੰ ਇੱਕ ਦਿਨ ਪਹਿਲਾਂ, ਵੀ ਜੀ ਮੈਂ ਆ ਰਿਹਾ ਪਾਕਿਸਤਾਨ 'ਚੋਂ ਅਤੇ ਤੂੰ ਮੈਨੂੰ ਮਿਲ ਨਹੀਂ ਆ ਕੇ। ਇਹਨੇ ਕਿਹਾ ਵੀ ਤੁਸੀਂ ਕਿੱਥੇ ਹੋ ਖੰਨੇ, ਉਹ ਟੈਲੀਫੋਨ ਕੀਤਾ ਮੈਂ, ਮੈਂ ਜੀ ਮੈਂ ਇਸ ਵਾਰ ਖੰਨੇ, ਕਹਿੰਦਾ ਮੈਨੂੰ ਆਪਣਾ ਐਡਰੈਸ ਦੱਸੋ, ਮੈਂ ਕਾਰ ਲੈ ਕੇ ਆਉਂਦਾ ਲੁਧਿਆਣੇ ਤੋਂ, ਲੇਕਿਨ ਮੈਨੂੰ ਕਹਿੰਦੀ ਅਸੀਂ ਖੁਦ ਆਵਾਂਗੇ, ਤੂੰ ਉੱਥੇ ਬੱਸਾਂ ਦੇ ਅੱਡੇ 'ਤੇ ਆ ਜਾਈ ਕੱਲ੍ਹ ਨੂੰ। ਲਿਹਾਜ਼ਾ ਅਸੀਂ ਪਹੁੰਚੇ ਨੂੰ ਟੈਲੀਫੋਨ ਕੀਤਾ, ਇਹਨੂੰ ਮੈਂ ਆਪਣਾ ਹੋਲੀਆ ਦੱਸਦਾ ਵੀ ਮੈਂ ਉੱਥੇ ਜਿਹੜੇ ਬੈਂਚ ਆ ਨਾ, ਨਵੀਂ ਦਿੱਲੀ ਦੀ ਬੱਸ ਚੱਲਦੀ ਆ, ਬੈਂਚ ਨੰਬਰ 5, ਉਸ ਨੰਬਰ ਲੱਗੇ 5 ਨੰਬਰ ਬੈਂਚ 'ਤੇ ਬੈਠਾ, ਮੇਰੇ ਸਿਰ 'ਤੇ ਜਾਮਨੀ ਰੰਗ ਦੀ ਟੋਪੀ ਆ, ਨੀਲੇ ਰੰਗ ਦਾ ਸੂਟ ਆ, ਕਾਲੇ ਰੰਗ ਦਾ ਮੈਂ ਕੋਟ ਪਾਇਆ ਹੋਇਆ, ਗਲ 'ਚ ਮੇਰੇ ਚਿੱਟਾ ਸਾਫ ਆ। ਲਿਹਾਜ਼ਾ ਇਹ ਜਿਹੜਾ ਵੀ ਸਰਦਾਰ ਕੋਲ ਦੀ ਲੰਘਣਾ, ਤਕਰੀਬਨ 5 ਕੁ ਮਿੰਟ ਬਾਅਦ ਇਹ ਸਰਦਾਰ ਨੇ ਮੈਂ ਦੇਖਿਆ ਕਿ ਇਹ ਇਹਨੇ ਹੱਥ ਆਪਣੇ ਸਿੱਟ ਲਏ, ਇਹਨੇ ਮੈਨੂੰ ਦੂਰੋਂ ਪਹਿਚਾਣ ਲਿਆ ਹੁਲੀਆ। ਜਦੋਂ ਮੇਰੇ ਲਾਗੇ ਪਹੁੰਚਾ ਕੇ ਜੱਫੀ ਪਾ ਲਈ, ਕਹਿੰਦਾ ਮਾਸਟਰ ਯਾਕੂਬ ਤੁਸੀਂ ਹੋ, ਉਹ ਫਿਰ ਮਿਲਿਆ। ਫਿਰ ਕਹਿੰਦਾ ਹੁਣ ਕਿੱਥੇ ਜਾਣਾ ਮਿਲ ਕੇ, ਮਕਬੂਲ ਹਾਜੀ ਅਤੇ ਉਹਦੀ ਬੀਵੀ, ਕਹਿੰਦੇ ਅਸੀਂ ਤਾਂ ਜਾਣਾ ਇੱਥੇ ਸਿਰ ਬਾਜ਼ਾਰ, ਤੁਸੀਂ ਬਦੋਵਾਲ ਜਾਣਾ, ਤੁਹਾਨੂੰ ਬਦੋਵਾਲ ਲੈ ਕੇ ਜਾਣਾ, ਤੁਸੀਂ ਬਦੋਵਾਲ ਚੱਲੋ। ਦੂਜੇ ਦਿਨ ਦੀ ਬਾਤ ਆ, ਮੈਂ ਫਿਰ ਉਹਦੇ ਨਾਲ ਉਹਨੇ ਆਪਣੀ ਕਾਰ 'ਚ ਬਿਠਾਇਆ, ਕਾਰ 'ਚ ਲਿਆ ਕੇ ਆਪਣੇ ਸਕੂਲ 'ਚ ਲੈ ਆਇਆ ਦੁਬਾਰਾ। ਫਿਰ ਦੁਬਾਰਾ ਹੈ ਆਪਣੇ ਸਕੂਲ, ਆਪਣੇ ਸਕੂਲ ਲੁਧਿਆਣਾ DPH, ਉੱਥੇ ਦੇਖੋ ਕੀ ਤਮਾਸ਼ਾ ਬਣਦਾ। ਉੱਥੇ ਜਨਾਬ ਮੈਂ ਉਹਨੂੰ ਕਿਹਾ ਮੈਂ ਇੱਦਾਂ ਕਰ, ਪਹਿਲੇ ਆਪਣੀ ਮੈਡਮ ਨੂੰ ਲਾ, ਤਾਂ ਕਿ ਮੈਂ ਪਾਕਿਸਤਾਨ 'ਚ ਨੂੰ ਪਤਾ ਚੱਲੇ ਕੋਈ ਆਇਆ ਹੈ ਅਜਨਬੀ ਤਾਂ ਨਹੀਂ। ਉਹਦੀ ਮੈਡਮ ਜਦੋਂ ਮਿਲਿਆ, ਉਹਦੀ ਮੈਡਮ ਜਨਾਬ ਬੜੀ ਖੁਸ਼ ਹੋਈ, ਪਾਕਿਸਤਾਨ 'ਚ ਮੰਦਾ ਹੈ, ਉਹਨੇ ਪੁੱਛਿਆ ਕਿੱਥੋਂ ਆ, ਮੈਂ ਜੀ ਮੈਂ ਆਇਆ ਲੈਲਪੁਰੋਂ, ਫੈਸਲਾਬਾਦ ਹੀ ਦੱਸਿਆ, ਲੈਲਪੁਰ ਦੱਸਿਆ, ਅਤੇ ਉਹ ਕਹਿੰਦੀ ਮੈਂ ਵੀ ਲੈਲਪੁਰ ਦੀ ਹਾਂ। ਅੱਛਾ, ਮੈਂ ਕਿੱਥੇ ਦੀ, ਕਹਿੰਦੇ ਜੀ 530 ਚੱਕ ਨਾਰੰਗਵਾਲ ਦੀ। ਦੇਖੋ ਤੁਹਾਡੀ ਖੈਰ ਹੋ ਗਈ, ਲੇਕਿਨ ਕਹਿੰਦੇ ਜੰਮੀ ਮੈਂ ਇੱਥੇ ਆ ਕੇ ਹਾਂ। ਅੱਛਾ ਅੱਛਾ, 530 ਗ੍ਰੇਵਾਲ ਜੱਟ ਹੋਣੇ। ਹਾਂ ਅੱਛਾ, ਉਹਦੇ ਬਾਅਦ 530 ਸਾਡੇ ਨਾਲ ਪੂਰਾ ਖਾਕਾ ਦੱਸਣ ਲੱਗਾ ਸਾਨੂੰ, ਲੇਕਿਨ ਤੁਸੀਂ ਕਿਹਾ ਵੀ ਹੁਣ ਤਾਰੀਖ ਬਦਲਣਾ ਕਿੱਦਾਂ।
ਜਾਣੀ ਬਿਆਨ ਘੱਟ ਕੇ ਤਾਂ ਕਰ ਜੀ ਬਹੁਤ ਕੁਛ ਕਰਾਇਆ ਜਦੋਂ ਕਹਿੰਦੇ ਜੀ ਮੇਰੇ ਪਿਤਾ ਜੀ ਮੌਜੂਦ ਨੇ ਉਹਨਾਂ ਦੀ ਕੋਠੀ ਨਾਲ ਹੁਣ ਤੁਹਾਨੂੰ ਮਿਲਣਾ ਪੈਣਾ ਪਾਕਿਸਤਾਨ 'ਚ ਆਏ ਮੈਂ ਕਿਹਾ 530 ਚੱਕ 531 ਚੱਕ ਨਾਰੰਗਵਾਲ ਨਾਰਾ ਡਾਡਾ ਉਹ ਮੈਡਮ ਦਾ ਨਾਂ ਕੀ ਸੀ ਉਹਦਾ ਮੈਂ ਤੁਹਾਨੂੰ ਕਾਰਡ ਦੇ ਦੇਣਾ ਪਰਮਜੀਤ ਕੋਰਾ ਨੇ ਨਾਲ ਲੱਗਦੀ ਉਹ ਕਾਰਡ ਦੇਣਾ ਤੁਹਾਨੂੰ ਨੰਬਰ ਸ਼ਮਸ ਉਸ ਤੋਂ ਬਾਅਦ ਅਗਰ ਉਹ ਮੈਡਮ ਇੰਟਰਵਿਊ ਦੇਖੇ ਹਾਂ ਮੇਰਾ ਨਾਮ ਅਬਦੁਲ ਖਾਲਕ ਆ ਮੈਂ 531 ਮੈਨੇ ਨਾ ਇਹ ਲਾਵਾਂਗੇ ਨਾ ਹੁਣੇ ਨਾ ਉਸ ਤੋਂ ਬਾਅਦ ਜੀ ਅੱਛਾ ਉਹ ਮੈਡਮ ਨੂੰ ਮੈਂ ਚਾਹੇ ਪੜ੍ਹਾਈ ਵਾਈਸ ਪ੍ਰਿੰਸੀਪਲ ਹੀ ਆ ਗਈ ਮੈਂ ਚਾਹੇ ਨਹੀਂ ਕਹਿੰਦੇ ਇਹ ਤਾਂ ਗੱਲ ਗਲਤ ਹੈ ਜੀ ਤੁਸੀਂ ਪਾਕਿਸਤਾਨ 'ਚ ਆਇਆ ਹੋਵੇ ਫਿਰ ਤੁਸੀਂ ਆਏ ਲੈਲਪੁਰ 'ਚ ਅਤੇ ਮੈਂ ਜੀ ਹੁਣ 530 ਚੱਕ ਮੈਂ ਹਦੂਦਰਾ ਬਸ ਸੁਣ ਲਾ 530 ਚੱਕ ਗਾਬੇ ਮਿਡਲ ਸਕੂਲ ਆ ਉੱਥੇ ਨਾਲ 531 ਥੋੜ੍ਹਾ ਅੱਗੇ ਜਾ ਕੇ ਨਾਰਾ ਡਾਡਾ ਉਸ ਤੋਂ ਬਾਅਦ 275 ਅਤੇ ਉਸ ਤੋਂ ਬਾਅਦ ਡਿਸ਼ਕੋਟ ਕਹਿੰਦੀ ਤੂੰ ਮੈਂ ਜੀ ਹੁਣ ਪਤਾ ਜੀ ਕਹਿੰਦੀ ਫਿਰ ਤੁਸੀਂ ਮੇਰੇ ਪਿਤਾ ਨੂੰ ਮਿਲਣਾ ਨਾਲ ਹੀ ਕੋਠੀ ਹਾਂ ਹਾਂ ਅੱਛਾ ਪਿਤਾ ਵੀ ਮਾਂ ਵੀ ਦੋਨੇ ਉਹ ਟੈਲੀਫੋਨ ਕੀਤਾ ਇਹੀ ਜਿਹੜਾ ਸੀ ਨਾ ਮੈਨੂੰ ਕਾਰਜ ਬਣਾ ਕੇ ਨਾਲ ਹੀ ਕੋਠੀ ਲੈ ਗਿਆ ਘਰ ਉਹਨੂੰ ਦੱਸਦਾ ਨਾ ਪਾਕਿਸਤਾਨ 'ਚ ਬੰਦਾ ਆਇਆ ਜਦੋਂ ਮਿਲੇ ਜੀ ਰੋਇਆ ਗਲੇ ਲੱਗ ਕੇ ਰੋਇਆ ਕਹਿੰਦਾ ਜੀ ਤੁਸੀਂ ਪਾਕਿਸਤਾਨ 'ਚ ਆਏ ਇਹਦਾ ਬਾਪ ਨਹੀਂ ਨਾ ਨਹੀਂ ਅੱਛਾ ਉਸ ਤੋਂ ਬਾਅਦ ਰੋਇਆ ਕਹਿੰਦਾ ਜੀ ਤੁਸੀਂ ਤਾਂ ਆ ਕੇ ਗਏ ਮਿਲਣਾ ਤੁਸੀਂ ਵੀ ਇੱਧਰ ਰਹਿੰਦੇ ਸੀ ਲੇਕਿਨ ਸਾਨੂੰ ਜਾਣ ਨਹੀਂ ਦਿੰਦੇ ਇਜਾਜ਼ਤ ਨਹੀਂ ਮਿਲਦੀ ਉੱਦਾਂ ਹੀ ਘਰ ਬਾਰ ਛੱਡ ਕੇ ਆਇਆ ਰੋਂਦਾ ਸੀਗਾ ਲੇਕਿਨ ਹੁਣ ਸੀਗਾ ਬੱਚੀ ਇੱਥੇ ਪੜ੍ਹਾਉਣ ਲੱਗੀ ਆ ਕੁਝ ਮਾੜੀ ਮੋਟੀ ਮਾਲੀ ਪੋਜੀਸ਼ਨ ਬਣੀ ਆ ਲੇਕਿਨ ਸਾਨੂੰ ਲੱਭਿਆ ਕੁਛ ਨਹੀਂ ਇਹ ਫਿਰ ਮੈਂ ਜਾਣੀ ਚੀਜ਼ ਅੱਛਾ ਉੱਥੋਂ ਫਾਰਗ ਹੋਈ ਦੀ ਫਿਰ ਇਹ ਜਿਹੜਾ ਮੈਂ ਜੀ ਹੁਣ ਕਿੱਥੇ ਚੱਲੀਏ ਇਹਨੇ ਸਰਦਾਰ ਨੂੰ ਪੁੱਛਿਆ ਮੈਂ ਹੁਣ ਘੰਟਾ ਘਰ ਦਿਖਾ ਕੇ ਲਿਆ ਕਹਿੰਦਾ ਤੁਸੀਂ ਮੈਨੂੰ ਪਹਿਲਾਂ ਦੱਸਿਆ ਅੱਡੇ 'ਚ ਮੈਂ ਮੈਨੂੰ ਕੀ ਪਤਾ ਸੀ ਕਹਿੰਦਾ ਉਹ ਤਾਂ 5 ਕਿਲੋਮੀਟਰ ਮੈਂ ਚੱਲ ਘਰ ਹੀ ਨਾ ਘੰਟਾ ਘਰ ਤਾਂ ਦੇਖਣਾ ਮੈਂ ਕਹਿ ਰਹੇ ਉਹ ਘੰਟਾ ਘਰ ਲੈ ਕੇ ਜੀ ਘੰਟਾ ਘਰ ਜਿਹੜਾ ਪਹੁੰਚ ਕੇ ਚੌਂਕ ਜਿਹੜੀ ਫੋਟੋ ਲਈ ਹੈ ਜਗ੍ਹਾ ਨਾ ਮਿਲੇ ਗੱਡੀ ਖੜ੍ਹ ਕਰਨ ਮੈਂ ਚੱਲ ਗਿਆ ਰਾਹ 'ਚ ਇਹਨੂੰ ਮੈਂ ਕਿਹਾ ਹੁਣ ਜਿੱਥੇ ਮਿਠਾਈ ਦੀ ਦੁਕਾਨ ਆਉਣੀ ਤਾਂ ਰੁਕਣਾ ਕਹਿੰਦਾ ਕੀ ਕਰਨਾ ਤੁਸੀਂ ਮੈਂ ਯਾਰ ਮਿਠਾਈ ਦੇਖਣੀ ਲੁਧਿਆਣੇ ਦੀ ਕਿੱਦਾਂ ਦੀ ਹੈ ਖਾ ਕੇ ਕਹਿੰਦਾ ਘਰ ਖਾ ਲਾਂਗੇ ਜਾ ਕੇ ਉਹਨੂੰ ਪਤਾ ਚੱਲਿਆ ਨਾ ਮਿਠਾਈ ਲੈਣੀ ਹੈ ਇੱਕ ਜਗ੍ਹਾ ਮਿਠਾਈ ਦੁਕਾਨ ਨਿਕਲੀ ਨਿਕਲ ਗਿਆ ਮੈਂ ਯਾਰ ਦੁਕਾਨ ਪਿੱਛੇ ਰਹਿ ਗਈ ਕਹਿੰਦਾ ਜ਼ਰੂਰ ਲੈਣੀ ਹੈ ਮੈਂ ਕਿਹਾ ਜੀ ਦੇਖਣੀ ਤਾਂ ਹੈ ਨਾ ਅੱਗੇ ਬੜੇ ਕਿਉਂਕਿ ਉਸਤਾਦ ਦਾ ਵਕਤ ਸੀ ਦੁਕਾਨਦਾਰ ਨੂੰ ਪਹੁੰਚਾਉਣ ਲਿਆ ਆਉਂਦੇ ਨਹੀਂ ਜਨਾਬ ਆਉਂਦੇ ਨਹੀਂ ਬੋਤਲ ਪਾਣੀ ਬੜਾ ਪਿਆਰਾ ਮਿਠਾਈ ਦੀ ਪਲੇਟ ਖਾਓ ਪਾਕਿਸਤਾਨ 'ਚ ਸਾਰਾ ਪਿਆਰਾ ਮੈਂ ਯਾਰ ਮਿਠਾਈ ਦੇਣੀ ਪਸੰਦ ਆ ਮਿਠਾਈ ਲੈਣੀ ਆ ਕਹਿੰਦਾ ਲਵੋ ਜੀ 5 ਕਿਲੋ ਮਿਠਾਈ 5 ਕਿਲੋ 2 ਕਿਲੋ ਅਤੇ 2 ਡੱਬੇ ਕਿਲੋ ਕੁੰਦਾ 1 ਡੱਬਾ ਉਹਦੇ ਬਾਅਦ ਮੁੜ ਕੇ ਪੈਸੇ ਦਿੱਤੇ ਉਹ ਦੁਕਾਨਦਾਰ ਕਹਿੰਦਾ ਨਹੀਂ ਲੈਣੇ ਮੇਰਾ ਯਾਰ ਪਹਿਲਾ ਨੋਟ ਆ ਡਾਲਰ ਇਹਨੂੰ ਆਪਣੇ ਜਿਹੜਾ 1000 ਦਾ ਨੀ ਉਹ ਤੋੜਾ ਤੋਂ ਸਹੀ ਨਾ ਉਹ ਮੇਰਾ 1500 ਰੁਪਏ ਬਣਾ 1500 ਦਿੱਤਾ ਉਹ ਕਹਿੰਦਾ ਮੈਂ ਦਿੰਦੇ ਹਾਂ ਉਹ ਜਿਹੜਾ ਮੇਰੇ ਨਾਲ ਗਿਆ ਸੀ ਮੈਂ ਨਹੀਂ ਯਾਰ ਮੈਨੂੰ ਸ਼ਾਪਿੰਗ ਕਰ ਲੈਣ ਦੇ ਉਹ ਮਿਠਾਈ ਮੈਂ ਜੀ ਫਿਰ ਘਰ ਲੈ ਗਿਆ ਸਿੱਖ ਦੇ ਜੀ ਲੁਧਿਆਣੇ ਆਮਰ ਸਿੰਘ ਜਿਹੜਾ ਅੰਦਰ ਬਣਿਆ ਉਹ ਮੈਂ ਮਿਠਾਈ ਉਹਦੀ ਬੀਬੀ ਨੂੰ ਫੜਾ ਦਿੱਤੀ ਉਹ ਵੀ ਇੱਦਾਂ ਮਿਲਦੇ ਜਿੱਦਾਂ ਬਹੁਤ ਪੁਰਾਣੇ ਵਾਕਫ ਉਹਦੀਆਂ 2 ਇੱਕ ਭਾਣ ਜੀ ਇੱਕ ਭਤੀਜੀ ਬੈਠੀ ਹੈ ਮੇਰੇ ਕੋਲ ਰੋਟੀ ਆ ਗਈ ਰੋਟੀ ਖਾਧੀ ਰੋਟੀ ਖਾਣ ਦੇ ਬਾਅਦ ਜਨਾਬ ਆਪਣੇ ਠੀਕ ਠਾਕ ਤਰੀਕੇ ਨਾਲ ਉਹਦੇ 'ਚ ਦਾਲ ਦਹੀਂ ਬੂੰਦੀ ਅਚਾਰ ਰੋਟੀ 'ਚ ਪਾਣੀ ਦਾ ਗਲਾਸ ਹੋਈ ਵੱਡਾ ਪਿੱਤਲ ਦਾ ਉਹ ਰੋਟੀ ਖਾ ਖੂ ਕੇ ਜਨਾਬ ਮੈਂ ਬੱਚਿਆਂ ਤੋਂ ਮੈਂ ਬੇਟਾ ਤੁਹਾਨੂੰ ਪਤਾ ਮੈਂ ਕੌਣ ਕਹਿੰਦੇ ਤੁਸੀਂ ਜੀ ਪਾਪਾ ਦੇ ਦੋਸਤ ਹੋ ਪਾਕਿਸਤਾਨ 'ਚ ਆਏ ਹੋ ਮੈਂ ਅਗਰ ਮੈਂ ਤੁਹਾਨੂੰ ਕੰਮ ਕਹਾਂ ਮੇਰੀ ਗੱਲ ਮੰਨੋਗੇ ਕਹਿੰਦੀ ਹਾਂ ਜੀ ਮੈਂ ਪ੍ਰੋਮਿਸ ਕਹਿੰਦੇ ਹਾਂ ਪ੍ਰੋਮਿਸ ਰੋਟੀ ਖਾ ਫਾਰਗ ਹੋ ਗਏ ਮੈਂ ਹੁਣ ਵੀਰ ਚੱਲੀਏ ਬਦੋਵਾਲ ਨੂੰ ਇਹਦੀ ਬੀਵੀ ਆਈ ਅੰਦਰ ਸੂਟ ਇੱਕ ਚੁੱਕ ਲਈ ਗਰਮ ਇਹ ਵੀਰ ਜੀ ਸਾਡੇ ਕੋਲ ਲੈ ਮੈਂ ਵੀ ਲੈ ਗਿਆ ਉਹਦੇ ਬਾਅਦ 100 ਰੁਪਈਆ ਕੱਢਿਆ ਉਸ ਇੱਕ ਇੱਧਰ ਫੜਾ ਦਾ ਬੱਚੇ ਨੂੰ ਮੈਂ ਬੇਟਾ ਪਕੜੋ ਉਹ ਕਹਿੰਦੀ ਨਹੀਂ ਲੈਣਾ ਮੈਂ ਤੁਸੀਂ ਮੈਨੂੰ ਹੁਣੇ ਪ੍ਰੋਮਿਸ ਕੀਤਾ ਲਵੋ ਉਹ ਦਿੱਤਾ ਜੀ ਫਾਰਗ ਬਿਲਕੁਲ ਸੀ ਆਪ ਕੀਤਾ ਉਹਨਾਂ ਨੇ ਉਹਨੇ ਕਾਲ 'ਚ ਬਿਠਾਇਆ ਬਦੋਵਾਲ ਲੈ ਆਇਆ ਦੁਬਾਰਾ ਦੂਜੇ ਦਿਨ ਉੱਧਰ ਫਿਰ ਮੈਂ ਰਾਤ ਰਿਹਾ ਉਹ ਸਾਨੂੰ ਲੈਣ ਵਾਸਤੇ ਨਾ ਨਰਿੰਦਰ ਸਿੰਘ ਦਾ ਬੇਟਾ ਜਿਹੜਾ ਮੋੜ 'ਤੇ ਖੜ੍ਹਾ ਸੀ ਗੱਡੀ ਲੈ ਕੇ ਉੱਥੇ ਫਿਰ ਫੜਾ ਦਿੱਤਾ ਉਹਨੇ ਉਹਦੀ ਗੱਡੀ ਅੱਗੇ ਅਸੀਂ ਪਿੱਛੇ ਉਹਦੇ ਘਰ ਪਹੁੰਚ ਗਏ ਘਰ ਪਹੁੰਚ ਕੇ ਉਹਨਾਂ ਦੀ ਬੈਠਕ ਇੱਕ ਨਾਲ ਕੋਠੀ ਡਬਲ ਸਟੋਰੀ 2 ਕਾਰਾਂ 5-7 ਮੱਝਾਂ ਖੜੀਆਂ ਲੈਣ ਲਾਡ ਬਣੇ ਬਿਹਤਰੀਨ ਇਸ ਤਰ੍ਹਾਂ ਹੀ ਕਾਇਮ ਰੱਖੇ ਉਹਨਾਂ ਨੂੰ ਪੂਰੀ ਫੈਮਿਲੀ ਮਾਲਕ ਬੈਠੇ ਚਾਹ ਪੀਤੀ
ਕੱਲਾ ਕੱਲਾ ਫਰਜ਼ ਮਿਲਿਆ ਉਹਨਾਂ ਦਾ ਆ ਕੇ। ਉਹਦੇ ਬਾਅਦ ਫਿਰ ਇਹ ਆ ਗਿਆ ਵਾਪਸ ਲੁਧਿਆਣੇ। ਇਹ ਮੈਨੂੰ ਕਹਿੰਦਾ ਤੁਹਾਨੂੰ ਮੈਂ ਲੈ ਕੇ ਜਾਣਾ ਆਪਣੇ ਪਿੰਡ ਜਗਰਾਵਾਂ ਮੋਗਾ ਮੋਗੇ ਵੀ। ਮੈਂ ਯਾਰ ਅੱਜ ਨਹੀਂ ਕਾ ਫਿਰ ਚੱਲਾਂਗੇ ਉੱਥੇ ਰਹੇ ਮੈਂ, ਅੱਜ ਮੈਂ ਪਿੰਡ ਦੇਖਣਾ। ਉਹਦੇ ਬਾਅਦ ਜੀ ਉਹਨਾਂ ਨੇ ਫਿਰ ਮੈਨੂੰ ਇਹ ਆ ਗਏ, ਇਹ ਫਿਰ ਲੈ ਕੇ ਮੈਨੂੰ ਪਿੰਡ 'ਚ ਵੜੇ। ਸਭ ਤੋਂ ਪਹਿਲਾਂ ਮੈਂ ਕਿਹਾ ਮੈਂ ਕਬਰਸਤਾਨ ਜਾਣਾ ਸਲਾਮ ਕਰਨਾ ਦੁਆ ਕਰਨੀ। ਉਹ ਕਹਿੰਦੇ ਕਬਰਸਤਾਨ ਹੈ ਨਹੀਂ, ਆਬਾਦੀ ਬਣ ਗਈ। ਮੈਂ ਜਗ੍ਹਾ ਤਾਂ ਹੈ ਨਾ, ਗਿਆ ਤਾਂ ਦੁੱਖ ਬਣਿਆ, ਆਬਾਦੀ ਬਣੀ, ਕਾਲੂ ਨਹੀਂ ਬਣੀ। ਇੱਕੋ ਕਬਰ ਦੇਖੀ ਪਰੇ ਨੂੰ ਜਾ ਕੇ, ਦੁਆ ਕੀਤੀ, ਵਾਪਸ ਆ ਗਏ। ਮੈਂ ਕਿਹਾ ਸਾਹਮਣੇ ਸਟੇਸ਼ਨ ਆ, ਕਹਿੰਦਾ ਮੈਂ ਕਿਹਾ ਉਹ ਖੂਹ ਆ। ਮੈਂ ਕਿਹਾ ਉਹ ਸਾਰੀ ਤਾਰੀਖ ਦੱਸੀ ਉਹਨੂੰ, ਉਸ ਤੋਂ ਬਾਅਦ ਮੁੜ ਕੇ ਨਾ ਫਿਰ ਘਰ 'ਚ ਬਿਠਾਇਆ। ਮੈਂ ਕਿਹਾ ਹੁਣ ਕੇਰ ਵਾਲੀ ਖੂਹ 'ਤੇ ਲੈ ਚੱਲ, ਉੱਥੇ ਲੈ। ਉਹ ਦੇਖੇ ਉਹ ਖੂਹ ਬੰਦ ਕਰਤੇ, ਹੁਣ ਟਿਊਬਵੈਲ ਲਾ ਤੇ ਉਹਨਾਂ ਨੇ। ਉਹਦੇ ਬਾਅਦ ਫਿਰ ਉਹ ਜਿਹੜਾ ਸਰਦਾਰ ਜੀ ਨੇ ਸਾਨੂੰ ਕਾਰਜ ਬਣਾ ਕੇ ਭੇਜਿਆ ਸੀ, ਉਹ ਫੌਤ ਹੋ ਚੁੱਕਿਆ ਸੀ, ਉਹਦੀ ਮੜੀ ਬਣਾਈ ਆ ਉੱਥੇ ਉਹਨਾਂ ਨੇ ਮੁਰੱਬੇ 'ਚ, ਉੱਥੇ ਹਾਜ਼ਰੀ ਦਿੱਤੀ ਮੈਂ। ਉਹ ਦੇਖ ਕੇ ਫਿਰ ਮੈਂ ਬਾਬਾ ਜ਼ਹਿਰ ਵਾਲੀ ਲੈ ਕੇ ਚਲਾ ਬਾਜ਼ਾਰ 'ਤੇ, ਉਹ ਦੇਖਿਆ। ਉੱਥੋਂ ਫਿਰ ਪਿੰਡ 'ਚ ਵੜੇ, ਸਕੂਲ ਦੇਖਿਆ, ਫਿਰ ਦੁਬਾਰਾ ਫਿਰ ਗਲੀ 'ਚ, ਫਿਰ ਦੋ ਚਾਰ ਘਰ ਗਏ। ਰਾਤ ਪੈ ਗਈ 8-9 ਵੱਜ ਗਈ। ਜਿਹੜੀਆਂ ਫੋਟੋ ਬਣਾਈਆਂ ਨੇ ਫਿਰ ਸਾਡੀਆਂ ਉਸ ਦੌਰਾਨ, ਸਾਨੂੰ ਘਰ ਬਿਠਾ ਤਾ ਰਾਤ ਨੂੰ 8-9 ਵਜੇ। ਕਹਿੰਦਾ ਲਓ ਜੀ ਮੈਂ ਲੁਧਿਆਣਾ ਜਾਇਆ। ਲੁਧਿਆਣੇ ਚਲੇ ਗਏ, ਘੰਟੇ ਬਾਅਦ ਆ ਗਏ। ਉਹ ਫੋਟੋ ਠੀਕ ਕਰਵਾ ਕੇ ਲਿਆ, ਫਰੈਸ਼ ਕਰਾ ਕੇ, ਰਿਜ਼ਲਟ ਬਣਾ ਕੇ ਲਿਆ, ਉਹ ਪੇਸ਼ ਕੀਤੀਆਂ। ਇੱਕ ਮਿਠਾਈ ਦਾ ਡੱਬਾ, ਮਿਠਾਈ ਉੱਥੇ ਜੀ ਸ਼ਾਪਰ ਬੈਗ ਨਹੀਂ, ਕੱਪੜੇ ਦਾ ਲਿਫਾਫਾ ਬਣਾਉਂਦਾ ਲਾਲ ਰੰਗ ਦਾ। ਉਹ ਕਹਿੰਦਾ ਜੀ ਆਹ ਲੈ ਜਾਓ। ਮੈਂ ਇਹ ਤਾਂ ਨਹੀਂ ਲਿਆ ਕਿਉਂਕਿ ਹਾਲੇ ਮੈਂ 5-7 ਦਿਨ ਇੱਥੇ ਹਾਂ, ਖਰਾਬ ਹੋ ਜਾਣੀ ਹੈ ਇਹ ਮੇਰੇ ਵੱਲੋਂ। ਤੂੰ ਕਹਿੰਦਾ ਤੁਸੀਂ ਕੱਲ੍ਹ ਲੈ ਕੇ ਤਾਂ ਆਏ ਸੀ। ਮੈਂ ਜੀ ਇਹ ਵੀ ਖਾਣ, ਮੈਂ ਕੀ ਕਰਨੀ ਹੈ। ਅਤੇ ਕਹਿੰਦੇ ਲੈ ਜਾਓ ਇਹ ਨਾਲ। ਮੈਂ ਯਾਰ ਬਸ ਸੁਣੋ, ਉਹਨੂੰ ਇਹਦੇ ਬਾਪ ਨੂੰ ਪੂਰੀ ਫੈਮਿਲੀ ਰਾਤ ਨੂੰ ਬੈਠੇ ਸੀ। ਮੈਂ ਕਿਹਾ ਇਹ ਖਰਾਬ ਹੋ ਜਾਣੀ ਹੈ। ਅਤੇ ਕਹਿੰਦਾ ਨਹੀਂ ਜੀ ਅੱਛੀ ਬਣਾ ਕੇ ਲਿਆ ਜਿਹੜੀ। ਮੈਂ ਨਹੀਂ, ਦੂਸਰੇ ਨੰਬਰ 'ਤੇ ਜਿਸ ਘਰ ਮੈਂ ਜਾਣਾ ਖੰਨੇ, ਹੁਣ ਉੱਥੋਂ ਇਹ ਤਾਂ ਨਹੀਂ ਮੈਂ ਮਿਠਾਈ ਨੂੰ ਕੁਛ ਪਾ ਕੇ ਰੱਖਾਂਗਾ, ਲਿਹਾਜ਼ਾ ਇਹ ਨਾ ਕਰ। ਚਲੋ ਮੰਨ ਗਏ ਜੀ। ਰਾਤ ਦਾ 1 ਵੱਜ ਗਿਆ, ਪੂਰੀ ਫੈਮਿਲੀ ਫੋਟੋ ਕਰਾਈ, ਬਿਠਾਏ, ਬੱਚੀਆਂ ਸਭ ਬੈਠ ਗਏ ਜੀ। ਮੈਂ ਜੀ ਹੁਣ ਸੌਂ ਜੀਏ। ਇਹਨਾਂ ਨੂੰ ਫਿਰ ਮੈਂ ਕਿਹਾ ਮੈਨੂੰ ਦੱਸ ਦਿਓ ਜੀ ਸੂਰਜ ਕਿਤੇ ਮੈਂ ਨਮਾਜ਼ ਪੜ੍ਹਨੀ ਸੁਬਾਹ। ਮੈਂ ਕਹਿੰਦਾ ਮੈਂ ਦੱਸਿਆ ਵੀ ਆਹ ਬਾਥਰੂਮ ਆ ਗਰਮ ਪਾਣੀ ਜੀ, ਇਹ ਠੰਡਾ ਪਾਣੀ ਜੀ, ਇੱਧਰ ਰੁਕ ਕਰਕੇ ਨਮਾਜ਼ ਪੜ੍ਹ ਲੈਣੀ ਆ। ਫਿਰ ਮੈਂ ਉਹਨਾਂ ਨੂੰ ਵੀ ਸਵਾਲ ਕੀਤਾ, ਮੈਂ ਜੀ ਜਦੋਂ ਮੈਂ ਸੁਬਾਹ ਉੱਠਣਾ ਨਾਸ਼ਤਾ ਮੇਰਾ ਸਿਰਫ ਚਾਹ ਦਾ ਕੱਪ ਹੋਣਾ ਖਾਲੀ, ਨਮਾਜ਼ ਪੜ੍ਹ ਲਈ ਜੀ। ਉਹਨੇ ਦੇਖਿਆ ਉਹਦੀ ਬੀਵੀ ਆਈ ਮਜੀਬ ਦੀ, ਆ ਕੇ ਪੁੱਛਦੀ ਆ ਮੈਂ ਕੋਲ ਕਰਾਂ, ਕਹਿੰਦੀ ਆ ਅੰਕਲ ਜੀ ਇੱਕ ਗੱਲ ਕਹਿ ਲਵਾਂ ਤੁਹਾਨੂੰ। ਮੈਂ ਕਹਿ ਬੇਟਾ। ਕਹਿੰਦੇ ਜਿੰਨਾ ਚਿਰ ਤੁਸੀਂ ਸਾਡੇ ਘਰ ਰਹਿਣਾ ਮੈਂ ਤੁਹਾਨੂੰ ਅੱਬਾ ਜੀ ਕਹਿ ਲਿਆ ਕਰਾਂ। ਮੈਂ ਬੇਟੇ ਹੈ ਹੀ ਅੱਬਾ ਜੀ। ਅੱਛਾ ਉਹਦੇ ਬਾਅਦ ਕਹਿੰਦੀ ਜੀ ਮੈਂ ਚਾਹ ਲਿਆਵਾਂ ਵਾਲਿਆ, ਉਹ ਜਨਾਬ ਦੋ ਅੰਡੇ, ਉਹਨੂੰ ਰਵਾ ਦਿਆ, ਇੱਕ ਦਾ ਅੰਡਾ ਦਿੰਦੀ, ਦੋ ਅੰਡੇ ਬੋਇਲ ਕੀਤੇ, ਚਾਹ ਰੱਖ ਲਈ, ਉਹ ਪੀਤੀ, ਦਵਾ ਦਿੱਤੀ ਉਹਨਾਂ ਨੂੰ। ਅਤੇ ਉਹਦੇ ਬਾਅਦ ਫਿਰ ਸੁਬਾਹ ਉੱਠੇ, ਨਾਸ਼ਤਾ ਕੀਤਾ, ਉਸ ਤੋਂ ਬਾਅਦ ਰਾਤ ਨੂੰ ਜਿਹੜਾ ਖਾਣਾ ਖਾਧਾ ਉਸ ਦਿਨ ਪੂਰੀ ਫੈਮਿਲੀ ਬੈਠੀ ਹੁੰਦੀ ਆ, ਖਾਣਾ ਸੁਣੋ ਜਿਹੜਾ ਜਿਹੜਾ ਬਦੋਵਾਲ ਖਾਣਾ ਖਾਧਾ ਨਰਿੰਦਰ ਸਰ, ਰਾਤ ਨੂੰ ਇਕੱਲੇ ਨੇ ਪੂਰੀ ਫੈਮਿਲੀ ਬੈਠੀ, ਦਾਏ ਬਾਏ ਦੇ ਬੱਚੀਆਂ ਪੋਤੀਆਂ, ਅੱਜ ਦੀ ਫੋਟੋ ਨਾ। ਉਹਦੇ ਬਾਅਦ ਖਾਣਾ ਖਾ ਲਿਆ, ਖਾਣਾ ਖਾ ਕੇ ਆਹ ਲਫਜ਼ ਬੋਲਣ ਲੱਗਿਆ ਮੈਂ, ਇਹਦਾ ਬੇਟਾ ਮਜੀਬ ਪੁੱਛਦਾ ਕਿ ਜੀ ਖਾਣਾ ਅੱਛਾ ਸੀ। ਮੈਂ ਠੀਕ ਆ ਬੇਟਾ, ਹੁਣ ਪੀਣੀ ਖੇੜੀ ਆ ਸਦਾ ਜੀ, ਪੀਣੀ ਕਿਹੜੀ ਆ। ਇਹ ਜਦੋਂ ਉਹਨੇ ਪੀਣੀ ਦਾ ਲਫਜ਼ ਨਹੀਂ ਕਿਹਾ, ਇਹਦਾ ਬਾਪ ਬੋਲਿਆ ਕਹਿੰਦਾ ਮਜੀਦ ਆਪਣੇ ਅਲਫਾਜ਼ ਵਾਪਸ ਲੈ, ਇਹ ਨਹੀਂ ਪੀਂਦੇ, ਮਾਸਟਰ ਵਲੈਤ ਨਹੀਂ ਪੀਂਦਾ ਸੀ, ਇਹ ਪਾਕੀਜ਼ਾ ਫੈਮਿਲੀ ਆ। ਮੈਂ ਜੀ ਸਰਦਾਰ ਜੀ ਫਿਰ ਪੀਂਦਾ ਕੌਣ ਸੀ ਸਾਡੀ ਫੈਮਿਲੀ ਚੋਂ। ਕਹਿੰਦਾ ਤੈਨੂੰ ਪਤਾ? ਮੈਂ ਜੀ ਮੈਂ ਦੱਸਦਾ ਤੁਹਾਨੂੰ ਪੁੱਛਿਆ। ਕਹਿੰਦਾ ਦੱਸੋ? ਮੈਂ ਜੀ ਮੇਰਾ ਚਾਚਾ ਹਦਾਇਤ ਪੀਂਦਾ ਸੀ ਜੀ ਜੀ, ਵਿਹੜੇ 'ਚ ਬੈਠ ਕੇ, ਨਾਲ ਉਹਦੇ ਧਨ ਹੁੰਦਾ ਸੀ, ਨਾਲ ਇੱਕ ਫਲਾਨਾ, ਮੈਂ ਤਿੰਨ ਦਾਤ। ਮੈਂ ਕਿਹਾ ਉਹਨੇ ਸ਼ਰਾਬ ਰੱਖਣੀ ਪੀਣ ਵਾਸਤੇ, ਚਾਚੀ ਸਾਡੇ ਗੋਸ਼ਤ ਪਕਾ ਕੇ ਦੇਣਾ, ਅਤੇ ਕੁੜਨਾ ਮੇਰੀ ਵਾਲਦਾ ਨੇ ਵੀ ਕੀ ਕਰਦਾ। ਉਹ ਤੈਨੂੰ ਯਾਦ ਆ, ਤੈਨੂੰ ਯਾਦ। ਫਿਰ ਉਹਨੂੰ ਮਾਫ਼ੀ ਮੰਗੀ ਬਾਹਰ ਨੇ, ਕਹਿੰਦਾ ਸਾਡੇ ਰਿਵਾਜ਼ ਆ ਜੀ। ਫਿਰ ਉਹਦੇ ਬਾਅਦ ਉਹਦੀ ਪੋਤੀ ਗਾਲਮਨ, ਉਹਦੀ ਡੈਥ ਹੋਈ ਹੈ। ਦੂਸਰੀ ਉਹ ਕਹਿੰਦੀ ਅੰਕਲ ਜੀ ਜਲੇਬੀਆਂ ਖਾਣੀਆਂ। ਅੱਛਾ। ਮੈਂ ਹਾਂ ਬੇਟਾ ਮੈਂ ਖਾਵਾਂ, ਜਲੇਬੀਆਂ ਲਿਆ, ਲੇਟ ਆ ਗਈ ਜੀ। ਮੈਂ ਜੀ ਸ਼ੌਕ ਨਾਲ ਖਾਣੀਆਂ, ਔਰ ਇਹ ਲੁਧਿਆਣੇ ਦੇ ਨਾਂ ਦੀਆਂ ਖਾਣੀਆਂ ਨੇ। ਕਹਿੰਦੇ ਕਿਉਂ? ਮੈਂ ਜੀ ਅਸੀਂ ਗਏ ਇੱਥੋਂ ਰੋਸ਼ਨੀ ਦੇਖਣ ਲੁਧਿਆਣੇ,
ਪੂਰਾ ਖਾਨਦਾਨ ਜਗਰਾਵਾਂ ਲੁਧਿਆਣੇ ਰੋਸ਼ਨੀ ਲੱਗਦੀ ਹੁੰਦੀ ਸੀ ਬਦੋਵਾਲ ਜਗਰਾਵਾਂ ਵੀ ਲੱਗਦੀ ਲੁਧਿਆਣੇ ਦੀ ਜਦੋਂ ਅੱਛਾ ਉੱਥੇ ਰੋਸ਼ਨੀ ਲੱਗੀ ਅੱਛਾ ਅਸੀਂ ਚਲੇ ਗਏ ਪੂਰੀ ਫੈਮਿਲੀ ਜੀ ਪੂਰੀ ਫੈਮਿਲੀ ਜਾ ਕੇ ਅਤੇ ਸ਼ਾਮ ਨੂੰ ਅਸੀਂ ਗੁਆਚ ਕੇ ਮੈਂ ਅਤੇ ਮੇਰੀ ਭੈਣ ਵੱਡੀ ਮੇਰੇ ਤੋਂ ਗੁੰਮ ਹੋ ਗਏ ਅੱਛਾ ਅਸੀਂ ਰੋਂਦੇ ਫਿਰੀਏ ਉਹ ਗਿੱਲਾਂ ਵਾਲੇ ਪੁਲ ਤੋਂ ਚੜ੍ਹ ਕੇ ਜਾ ਕੇ ਜੀ ਉੱਥੇ ਸਾਨੂੰ ਇੱਕ ਬੰਦੇ ਨੇ ਫੜਿਆ ਜੀ ਰੋਂਦੇ ਸੀ ਅਸੀਂ ਪੁੱਛਿਆ ਬਈ ਅਸੀਂ ਮੈਂ ਅਸੀਂ ਬਈ ਮੈਨੂੰ ਵੀ ਸੋਚਦੇ ਅਸੀਂ ਭੈਣ ਨੂੰ ਵੀ ਬਈ ਅਸੀਂ ਬਦੋਵਾਲ ਆਏ ਹਾਂ ਉੱਥੇ ਕੈਂਪ ਲੱਗੇ ਹੁੰਦੇ ਮੇਲੇ ਦੇ ਆ ਬਦੋਵਾਲ ਦਾ ਟੋਲਾ ਜੀ ਜੀ ਉਹਨਾਂ ਨੇ ਆ ਕੇ ਉੱਥੇ ਲੈ ਆਉਂਦਾ ਰਸਤੇ 'ਚ ਸਾਨੂੰ ਜਲੇਬੀਆਂ ਲੈ ਕੇ ਦੱਸੀਆਂ ਉਸ ਬੰਦੇ ਨੇ ਮੈਂ ਜੀ ਉਹ ਜਲੇਬੀਆਂ ਖਾਣੀਆਂ ਨੇ ਉਹ ਯਾਦ ਨੇ ਉਹ ਫਿਰ ਜਲੇਬੀਆਂ ਖਾਧੀਆਂ ਜੀ ਉਸ ਤੋਂ ਬਾਅਦ ਸੌਂ ਗਏ ਅਤੇ ਫਿਰ ਉਹ ਸਵੇਰੇ ਉੱਠੇ ਉਹਦੀ ਬੀਵੀ ਨੇ ਨਾਸ਼ਤਾ ਦਿੱਤਾ ਫਿਰ ਉਹ ਫਿਰ ਪਿੰਡ 'ਚ ਲੈ ਗਏ ਬੁੱਧਵਾਰ ਸਕੂਲ ਗਏ ਆ ਜਿਹੜੀ ਆ ਉਸ ਤਸਵੀਰਾਂ ਸਾਰੀਆਂ ਦਿਖਾਈਆਂ ਅਲੈਕਸ ਲੈਕ ਸੀ ਆਪ ਕੀਤਾ ਗਿਫਟ ਪੇਸ਼ ਕੀਤੇ ਅਲੈਕਸ ਲੈਕ ਹੋਈ ਅਤੇ ਫਿਰ ਮੈਨੂੰ ਕਾਰ 'ਚ ਬਿਠਾ ਕੇ ਲੁਧਿਆਣੇ ਛੱਡ ਗਿਆ ਅੱਛਾ ਉਹਦੇ ਬਾਅਦ ਫਿਰ ਲੁਧਿਆਣੇ ਮੈਂ ਚਲਾ ਗਿਆ ਬੱਸ 'ਚ ਬੈਠ ਕੇ ਫਿਰ ਖੰਨੇ ਪਹੁੰਚਿਆ ਅਤੇ ਫਿਰ ਅਗਲੇ ਉਹ ਜਿਹੜੀਆਂ ਫੋਟੋ ਅਸੀਂ ਬਣਾਈਆਂ ਦੁਬਾਰਾ ਬਾਅਦ 'ਚ ਖੰਨੇ ਜਾਣ ਤੋਂ ਸਕੂਲ ਉਹ ਫਿਰ ਮੈਨੂੰ ਕਹਿੰਦੇ ਜੀ ਫੋਟੋ ਸਾਡੀ ਥੋੜ੍ਹੀਆਂ ਗਈਆਂ ਬਣ ਆ ਜਿਹੜੀ ਲੱਗੀਆਂ ਨੇ ਇਹ ਹੁਣ ਮੈਂ ਖੰਨੇ ਆਉਣਾ ਲੈ ਕੇ ਮੈਂ ਯਾਰ ਤੁਸੀਂ ਕਹਿੰਦਾ ਜੀ ਕੀ ਬਾਤ ਆ 40 ਕਿਲੋਮੀਟਰ ਫਾਸਲਾ ਤੈਅ ਕਰਕੇ ਐਡਰੈਸ ਦਿੱਤਾ ਘਰ ਪਹੁੰਚ ਗਏ ਉੱਥੇ ਫਿਰ ਤਸਵੀਰਾਂ ਦੇਖਿਆ ਅਤੇ ਇੱਕ ਜਾਣ ਤੋਂ ਇੱਕ ਦਿਨ ਪਹਿਲਾਂ ਮੈਂ ਫਿਰ ਉਹ ਪੁੱਛਿਆ ਮੈਂ ਜੀ ਇਹਨਾਂ ਨੂੰ ਹੁਣ ਖਾਣਾ ਜੇ ਖਵਾਉਣਾ ਖਾਣਾ ਖਾ ਕੇ ਜਾਣਾ ਕਹਿੰਦੇ ਅੰਕਲ ਜੀ ਖਾਣਾ ਨਹੀਂ ਸੀ ਖਾਣਾ ਚਾਹੇ ਪੀਵਾਂਗੇ ਇਹ ਬੜਾ ਜੀ ਉਹਨਾਂ ਨੇ ਬਹੁਤ ਮੁਹੱਬਤ ਪਿਆਰ ਕੀਤਾ ਫੋਟੋ 'ਤੇ ਆਏ ਅੱਛਾ ਜੀ ਉਹਦੇ ਬਾਅਦ ਫਿਰ ਅਗਲੇ ਦਿਨ ਸਾਡੀ ਵੀ ਵਾਪਸੀ ਖੰਨੇ ਤੋਂ ਲੁਧਿਆਣੇ ਦੀ ਲੁਧਿਆਣੇ ਤੋਂ ਪਹਿਲਾਂ ਮੈਂ ਫਿਰ ਉਹਨੂੰ ਕਿਹਾ ਸਰਦਾਰ ਨੂੰ ਮੈਂ ਜੀ ਆਏ ਅਸੀਂ ਬੱਸ ਦੇ ਰਹੇ ਹਾਂ ਹੁਣ ਗੱਡੀ ਜਾਣਾ ਟ੍ਰੇਨ 'ਚ ਗੱਡੀ ਵੀ ਦੇਖਦੇ ਉੱਥੇ ਬੈਠ ਕੇ ਇਹ ਹੁਣ ਪਾਕਿਸਤਾਨ ਪਾਕਿਸਤਾਨ ਵਾਪਸੀ ਇਹ ਹੁਣ ਸ਼ਾਰਟਕੱਟ ਕਰਤਾ ਨਾ ਮੈਂ ਖੰਨੇ ਪਹੁੰਚ ਗਏ ਨਾ ਰੋਟੀ ਛੋਟੀ ਖਾ ਲਈ ਰਾਤ ਹੋ ਗਈ ਰਾਤ ਨੂੰ ਫਿਰ ਅਸੀਂ ਪ੍ਰੋਗਰਾਮ ਬਣਾਇਆ ਵੀ ਪਰਸੋਂ ਨੂੰ 23 ਤਰੀਕ ਆ ਜੀ ਉਦੋਂ ਅਸੀਂ ਤੁਰ ਜਾਣਾ 23 ਤਾਰੀਖ ਨੂੰ ਜੀ ਅਤੇ ਜਾਣਾ ਟ੍ਰੇਨ 'ਚ ਆ ਇਹਨੇ ਆਪਣੇ ਬੇਟੇ ਨੂੰ ਭੇਜਿਆ ਵੀ 2 ਸੀਟਾਂ ਬੁੱਕ ਕਰਾਇਆ 3 ਜਾ ਕੇ ਸਾਡੇ ਕਾਰਡ ਲਏ ਸ਼ਨਾਖਤੀ ਕਾਰਡ ਸੀਟ ਬੁੱਕ ਕਰਾਈ ਹਾਫ ਰੇਟ 'ਤੇ ਕੰਸੈਸ਼ਨ ਏਜ ਦੇ ਮੁਤਾਬਕ ਆ ਲਓ ਜੀ ਮੇਰਾ ਹਾਲ 250 ਰੁਪਈਆ ਜਿਹੜਾ ਏ ਸੀ ਵਾਲੇ ਕਮਰੇ ਦਾ ਮੈਨੂੰ ਦੇਣਾ ਪਿਆ ਅਸੀਂ ਜਨਾਬ ਟਿਕਟ ਲੈ ਕੇ ਅਗਲੇ ਦਿਨ 3-4 ਵਜੇ ਗੱਡੀ ਨੇ ਚੱਲਿਆ ਸੀ ਖੰਨੇ ਅੰਮ੍ਰਿਤਸਰ ਨੂੰ 2:30 ਵਜੇ ਅਸੀਂ ਉੱਠੇ 2 ਵਜੇ ਤਿਆਰ ਹੋਏ ਨਮਾਜ਼ ਪੜ੍ਹੀ ਨਫਲ ਪੜ੍ਹੇ ਤਿਆਰੀ ਕੀਤੀ ਸਮਾਨ ਰੱਖਿਆ ਸਟੇਸ਼ਨ 'ਤੇ ਆ ਕੇ 3 ਵਜੇ 1 ਘੰਟਾ ਪਹਿਲਾਂ ਇੱਕ ਘੰਟਾ ਪਹਿਲਾਂ ਆ ਕੇ ਬੈਠ ਗਏ ਜੀ ਪਲੈ ਸਾਨੂੰ ਜਦੋਂ ਗਏ ਵੀ ਇੱਥੇ ਉਹਨਾਂ ਨੇ ਜਨਾਬ ਸਾਨੂੰ ਬੈਂਚ ਉਹ ਦਿੱਤਾ ਪਲੈਟਫਾਰਮ 'ਤੇ ਵੀ ਇਸ ਬੈਂਚ 'ਤੇ ਬੈਠੋ ਤੁਹਾਡੇ ਸਾਹਮਣੇ ਡੱਬਾ ਲੱਗਣਾ ਆ ਕੇ ਜਿਹਦੇ 'ਚ ਬਹਿਣਾ ਜਿੱਥੇ ਤੁਹਾਡੀ ਸੀਟ ਬੁੱਕ ਆ ਕਿੱਦਾਂ ਨਿਜ਼ਾਮ ਆ ਖੈਰ ਗੱਡੀ ਲੇਟ ਹੋ ਗਈ ਜੀ 5:00 ਵਜ ਗਏ 4:30 ਵਜੇ ਗੱਡੀ ਗਈ ਆ ਅਸੀਂ ਫੌਰੀ ਗੱਡੀ ਨੇ ਉੱਥੇ ਸਾਰਾ 2 ਮਿੰਟ ਠਹਿਰਨਾ ਸੀ ਸਾਡਾ ਸਮਾਨ ਫਟਾਫਟ ਇਹਨਾਂ ਨੇ ਲਾਲ ਸਿੰਘ ਨੇ ਅਤੇ ਉਹਦੇ ਬੇਟੇ ਨੇ ਅੰਦਰ ਸਿੱਟਿਆ ਡੱਬੇ ਦੇ ਸਾਨੂੰ ਅੰਦਰ ਧੱਕਿਆ ਗੱਡੀ ਚੱਲ ਪਈ ਅਤੇ ਫਿਰ ਬਾਅਦ 'ਚ ਟੈਲੀਫੋਨ ਦੱਸਿਆ ਅਸੀਂ ਆਰਾਮ ਨਾਲ ਬਹਿ ਗਏ ਨਹੀਂ ਉਹ ਜਨਾਬ ਜਦੋਂ ਗੱਡੀ ਚੱਲ ਪਈ ਅਤੇ ਹਨੇਰਾ ਸੀ ਹਾਲੇ ਬੱਤੀਆਂ ਬਲਦੀਆਂ ਸੀ ਜਦੋਂ ਅਸੀਂ ਪਹੁੰਚੇ ਲੁਧਿਆਣੇ ਉੱਥੇ ਫਿਰ ਹੋ ਗਈ ਲਾਈਟ ਖੁੱਲ੍ਹ ਗਈ ਸੂਰਜ ਨਿਕਲਿਆ ਫਿਰ ਮੈਂ ਜਨਾਬ ਨਜ਼ਾਰੇ ਕੀਤੇ ਲੁਧਿਆਣੇ ਦੇ ਸ਼ਹਿਰ ਦੇ ਇਰਦ ਗਿਰਦ ਦੇ ਖੇਤਾਂ ਦੇ ਦਰਿਆਵਾਂ ਦੇ ਲੁਧਿਆਣਾ ਸ਼ਹਿਰ ਜਿੱਥੇ ਪਲੈਟਫਾਰਮ 'ਤੇ ਗੱਡੀ ਉੱਥੇ ਫਿਰ ਮੈਂ ਉੱਤੋਂ ਦਾ ਜ਼ਰੂਰ ਹੁੰਦਾ ਸੀ ਥੱਲੇ ਪੈਰ ਜ਼ਰੂਰ ਪਾਉਣਾ ਹਰ ਹਾਂ ਜਿੱਥੇ ਗੱਡੀ ਰੁਕਦੀ ਲੇਕਿਨ ਰਹਿਣਾ ਗੱਡੀ ਦੇ ਕੋਲ ਹੀ ਚੱਲਣਾ ਜਾਵੇ ਨਾਲ ਨਜ਼ਰ ਰੱਖਣੀ ਉਹਨਾਂ ਦਾ ਜਦੋਂ ਗੱਡੀ ਨੇ ਚੱਲਣਾ ਨਾ ਉਹ ਸਾਊਥਬੱਤੀ ਬਲ ਪਰ ਬਾਅਦ ਜਿਹੜਾ ਲਾਈਟ ਬਣੀ ਆ ਉਹਦੇ 'ਤੇ ਜਨਾਬ ਕਰਦੇ ਕਰਾਂਦੇ ਅੰਮ੍ਰਿਤਸਰ ਆ ਗਏ ਅੰਮ੍ਰਿਤਸਰ ਨਾ ਸੋਰੀ ਜਲੰਧਰ ਦੇ 2 ਸਟੇਸ਼ਨ ਨੇ ਇੱਕ ਸ਼ਹਿਰ ਇੱਕ ਛਾਉਣੀ ਉਸ ਤੋਂ ਬਾਅਦ ਫਿਰ ਆਪਣੇ ਆਉਂਦਾ ਕਈ ਨਾਂ ਭੁੱਲ ਗਏ ਹੁਣ ਦਰਿਆ ਆਇਆ ਦਰਿਆ ਬਿਆਸ ਆਇਆ ਉਸ ਤੋਂ ਬਾਅਦ ਨਾਂ ਭੁੱਲ ਗਏ ਬਠਿੰਡਾ ਕੀ ਨਾਂ ਨਹੀਂ ਆਉਂਦੇ ਦੇਣ 'ਚ ਉਹ ਕਰਦੇ ਕਰਾਉਂਦੇ ਜੀ ਅਸੀਂ ਅੰਮ੍ਰਿਤਸਰ ਆ ਗਏ ਅੰਮ੍ਰਿਤਸਰ ਆ ਕੇ ਸਾਡਾ ਡੱਬਾ ਸੀ ਪਿੱਛੇ ਹੀ ਅਸੀਂ ਸਟੇਸ਼ਨ ਦੇ ਪਿੱਛੇ ਉਤਰ ਗਏ ਉਹਦੇ ਨਾਲ ਹੀ ਰਿਕਸ਼ਾ ਖੜ੍ਹਾ ਸੀ ਰਿਕਸ਼ੇ 'ਚ ਬਹਿ ਗਏ ਉਹਨੂੰ ਕਿਹਾ ਸਾਨੂੰ ਲੈ ਚੱਲ ਟੈਂਪਲ ਗੁਰਦੁਆਰੇ ਅਤੇ ਉਹ ਮੈਨੂੰ ਨਾਲ ਜਿਹੜਾ ਹੈ ਸੀ ਕਹਿੰਦਾ ਆਮ ਨਾ ਬੋਲੀ ਆਪਾਂ ਨੂੰ ਇਜਾਜ਼ਤ ਕੋਈ ਨਹੀਂ ਉੱਥੇ ਜਾਣ ਦੀ
ਸਾਨੂੰ ਇੱਥੋਂ ਡਾਇਰੈਕਟ ਜਾਣਾ ਪੈਣਾ ਅੱਡੇ 'ਤੇ। ਅੱਛਾ। ਲੇਕਿਨ ਅਸੀਂ ਉਹ ਰਾਹ ਕਰਕੇ ਨਾ ਦੇਖਣਾ ਜ਼ਰੂਰ ਗੁਰਦੁਆਰਾ ਜੀ, ਉੱਥੇ ਚਲੇ ਗਏ ਨਹੀਂ, ਉੱਥੇ ਉਤਰੇ, ਰਕਸ਼ਾ ਵਾਲੇ ਤਾਰਤਾ, ਥੋੜ੍ਹਾ ਜਿਹਾ ਫਾਸਲਾ ਸੀ ਅਤੇ ਜਾ ਕੇ ਗੁਰਦੁਆਰੇ ਸਮਾਨ ਰੱਖ ਲਿਆ ਗੇਟ 'ਤੇ। ਬਹੁਤ ਪੂਰੀ ਦੁਨੀਆ ਆਉਂਦੀ ਆ, ਬੜੇ ਲੋਕ। ਮੈਂ ਹੁਣ ਤਰੀਕੇਕਾਰ ਹੈ ਕਿ ਪਹਿਲਾਂ ਮੈਂ ਦੇਖਿਓ ਨਾ, ਤੁਸੀਂ ਸਮਾਨ ਪਰ ਬੈਠੋ। ਮੈਂ ਗਿਆ ਜੀ ਅੰਦਰ ਬੜਿਆ ਅਤੇ ਪੁੱਛਿਆ ਮੈਂ ਜਲਿਆਂ ਵਾਲਾ ਬਾਗ ਵੀ ਉੱਥੇ ਹੀ ਹੈ ਨਾਲ ਹੀ ਉਹਦੇ, ਉਹ ਦੇਖਿਆ ਅਤੇ ਉਹਦਾ ਨਾਂ ਲਿਖਿਆ ਮੈਂ ਹਰ। ਉਹਦੇ ਬਾਅਦ ਅੱਗੇ ਜਾ ਕੇ ਪੁੱਛਿਆ ਇਹਨਾਂ ਦਾ ਲੰਗਰਖਾਨਾ ਸੀ ਸਿੱਖਾਂ ਦਾ, ਮੈਂ ਉਹ ਸਮਝਿਆ ਉਹਦੇ ਲੋਕ ਬਹੁਤ ਆ। ਉਹ ਮੈਂ ਪੁੱਛਿਆ ਮੈਂ ਕਹਿੰਦੇ ਨਹੀਂ ਉਹ ਗੁਰਦੁਆਰਾ ਗਿਆ। ਫਿਰ ਮੈਂ ਤੁਰਦਾ ਗਿਆ ਜੀ ਗੁਰਦੁਆਰਾ ਦੇ ਕੋਲ ਪਹੁੰਚ ਗਿਆ, ਅੰਦਰ ਚਲਾ ਗਿਆ, ਜੁੱਤੀ ਤਾਰੀ, ਜੁੱਤੀ ਮੇਰੀ ਕਬੂਲ ਕੀਤੀ ਉਹਨਾਂ ਨੇ, ਫੜ ਕੇ ਝਾੜ ਕੇ ਰੱਖੀ ਅਤੇ ਮੈਂ ਨੰਗੇ ਪੈਰੀ ਹੋ ਗਿਆ। ਫਿਰ ਅੱਗੇ ਗਿਆ ਅਤੇ ਅੱਗੇ ਜਦੋਂ ਗਿਆ ਅਤੇ ਖਾੜਾ ਆਇਆ ਪਾਣੀ ਦਾ, ਪਾਣੀ ਪੈਰ ਤੋਂ ਪੈਰ ਵਿੱਚ ਦੀ ਲੰਘਣੀ ਨੂੰ ਪਾਕ ਹੋਣ, ਉਹਦੇ ਬਾਅਦ ਮੈਂ ਜਾ ਕੇ ਫਿਰ ਨਾ ਅੱਗੇ ਆ ਗਿਆ ਇਹਨਾਂ ਦੇ ਟੈਂਪਲ 'ਤੇ ਜਿਹੜਾ ਹੈਗਾ ਦਰਿਆ ਤਲਾਬ, ਬੜਾ ਚੌੜਾ ਤਲਾਬ, ਸਾਹਮਣੇ ਸੁਨਹਿਰੀ ਲੱਗੇ ਨੇ ਇਹਦੇ ਸੋਨੇ ਦੇ ਪੱਥਰ ਗੁੰਬਦਾਂ ਨੂੰ, ਖੜ ਕੇ ਦੇਖਿਆ ਮੈਂ ਜ਼ਿਆਦਾ ਲੈਂਦਾ। ਮੈਂ ਇੱਕ ਬੰਦਾ ਆ ਗਿਆ ਮੇਰੇ ਕੋਲ, ਮੈਨੂੰ ਕਹਿੰਦਾ ਕਿੱਥੋਂ ਆਏ ਹੋ, ਮੈਨੂੰ ਪੈ ਗਈ ਸ਼ੱਕ, ਮੈਂ ਸ਼ਾਇਦ CID ਦਾ ਆ ਗਿਆ। ਅੱਛਾ। ਮੈਂ ਖੰਨਿਓ ਆਇਆ, ਬਸ ਇੰਨੀ ਗੱਲ ਪੁੱਛੀ ਉਹਨੇ ਆਮ ਸਰਸਰੀ। ਮੈਂ ਡਰ ਗਿਆ, ਮੈਂ ਇੱਥੇ ਨਿਕਲ ਚੱਲੀਏ, ਉਹ ਦੇਖ ਦੋ ਕਿ ਮੈਂ ਅੱਗੇ ਕੀ ਜਾ। ਮੈਂ ਫੌਰੀ ਤੌਰ 'ਤੇ ਵਾਪਸ ਆਇਆ, ਜੁੱਤੀ ਲਈ, ਜੁੱਤੀ ਮੈਂ ਪੈਸੇ ਕਿੰਨੇ, ਕਹਿੰਦਾ ਪੈਸੇ ਕਿੰਨੇ ਤਾਂ ਲੈਂਦੇ, ਜੁੱਤੀ ਮੇਰੀ ਸਾਫ਼ ਕਰਕੇ ਪਾਲਿਸ਼ ਕਰਕੇ, ਬਾਬਾ ਜਿਹੜੀ ਦਾੜੀ ਉਹਨੇ ਸਾਫ਼ ਕਰਕੇ ਇਹ ਦੇਖ ਕੇ ਮੈਨੂੰ, ਅੱਛਾ, ਮੇਰੇ ਪੈਰਾਂ 'ਚ ਪਾਏ। ਉਹਨੇ ਪੁੱਛਿਆ, ਅੱਛਾ, ਕਹਿੰਦਾ ਤੁਸੀਂ ਕਿੱਥੋਂ ਆਏ ਹੋ? ਹਾਂਜੀ, ਮੈਂ ਜਿਵੇਂ ਪਾਕਿਸਤਾਨ 'ਚ ਆਇਆ ਹਾਂ, ਮਲਿਕ ਯਾਕੂਬ ਮੇਰਾ ਨਾਂ, ਹਾਂਜੀ, ਹੱਜ ਕੀਤਾ ਹੋਇਆ। ਹਾਂਜੀ, ਉਹਨੇ ਹੱਥ ਮਾਰਿਆ, ਉਹਦੇ ਬਾਅਦ ਮੁੜ ਕੇ ਮੈਂ ਆ ਗਿਆ ਫਿਰ ਇਹਨਾਂ ਕੋਲ। ਅੱਛਾ। ਮੈਂ ਉਹਨੂੰ ਫਟਾਫਟ ਜਾਓ ਦੋਨੇ, ਬਹੁਤਾਂ ਨੇ ਲਾਇਓ ਨਾ, ਕਹਿੰਦਾ ਗੱਲ ਕਰੋ, ਫੌੜੀ ਤੌਰ 'ਤੇ ਵਾਪਸ ਆ ਜਾਈਏ। ਇਹ ਵੀ ਖੈਰ ਆ ਗਏ ਨਹੀਂ, ਆਏ ਰਕਸ਼ਾ ਲਿਆ, ਰਕਸ਼ਾ ਲੈ ਕੇ ਫਿਰ ਅਸੀਂ ਆ ਗਏ ਆਪਣੇ ਬੱਸਾਂ ਦੇ ਅੱਡੇ, ਉੱਥੋਂ ਫਿਰ ਬੱਸ 'ਚ ਬਹਿ ਗਏ। ਅਸੀਂ ਤਕਰੀਬਨ 11 ਵਜੇ ਅਟਾਰੀ ਆ ਗਏ। ਅਟਾਰੀ ਆ ਕੇ ਨਾਲ ਫਾਹ ਉੜ ਗਏ, ਅੱਜ ਹੜਤਾਲ ਆ, ਇਹ ਖੁੱਲ੍ਹਣੇ ਨਹੀਂ ਗਏ, ਬਾਰਡਰ ਨਹੀਂ ਖੁੱਲ੍ਹਣਾ, ਅੱਜ ਬੰਦ ਆ। ਵੈਸੇ ਤਾਂ ਬੜਾ ਕੰਮ ਖਰਾਬ ਹੋਇਆ ਬਈ, ਕਰਦੇ ਕਰਾਉਂਦੇ ਜੀ ਅਸੀਂ ਬਾਰਡਰ ਪਹੁੰਚ ਕੇ ਕਲੀਅਰ ਕੀਤਾ। ਉਹਦੇ ਬਾਅਦ ਇਹਨਾਂ ਕੋਲ ਫਿਰ ਆ ਗਏ, ਪਹਿਲਾਂ ਪਾਸਪੋਰਟ ਲੈ ਕੇ ਆਪਣੇ ਐਮਬੈਸੀ ਜਿਹੜੀ ਸੀ, ਉਹ ਜਿਹੜਾ ਸੀ ਕਸਟਮ, ਉਹਨੇ ਪਛਾਣ ਲਿਆ, ਕਹਿੰਦਾ ਜੀ ਮਾਸ ਸਾਹਿਬ ਆ ਗਏ। ਮੈਂ ਜੀ ਆ, ਕੈਸਾ ਰਿਹਾ, ਕੀ ਲੈ ਕੇ ਆਇਓ? ਮੈਂ ਜੀ ਆ ਟਰੰਕ ਭਰੇ ਨੇ ਪਿਆਰ ਨਾਲ ਮੁਹੱਬਤ, ਜਿਹੜਾ ਮੁਹੱਬਤ ਪਿਆਰ ਸੀ, ਸੂਟ ਸਾਟ ਸੀ ਉਹ ਦੇ ਆਏ ਹਾਂ, ਉਹਨਾਂ ਵੱਲੋਂ ਲੈ ਆਏ। ਮੈਂ ਪਿਆਰ ਨਾਲ ਭਰੇ, ਕਹਿੰਦਾ ਅੱਛੇ ਰਹੇ ਮੈਂ ਅੱਜ। ਖੈਰ ਜੀ ਉਹਨੇ ਫਿਰ ਉਹ ਫਿਰ ਮੇਰੇ ਕੋਲ ਹੋਰ ਕੁਛ ਨਹੀਂ, ਮੈਂ ਇੱਕ ਵਾਲ ਪੁਆਇੰਟ ਕੱਢਿਆ, ਮੈਂ ਜੀ ਆ ਮੇਰੇ ਵੱਲੋਂ। ਉਹ ਫਿਰ ਕੁੜੀ ਤਾਂ ਹੈ ਨਹੀਂ ਸੀ, ਲੇਕਿਨ ਹੁਣ ਮੈਂ ਉਹਦਾ ਸ਼ੁਕਰੀਆ ਅਦਾ ਕੀਤਾ। ਬੱਸ 'ਚ ਬੈਠੇ, ਉੱਥੇ ਆ ਕੇ ਤਾਰਤਾ ਪਾਸਪੋਰਟ, ਫਿਰ ਆਪਣੇ ਬਾਰਡਰ 'ਤੇ ਆ ਗਏ, ਆਪਣਾ ਬਾਰਡਰ ਕ੍ਰਾਸ ਕੀਤਾ, ਪਾਕਿਸਤਾਨ 'ਚ ਆ ਗਏ। ਇਹਨਾਂ ਕੋਲ ਇਹਨਾਂ ਦੇ ਅਮਰੀਕਨ ਕਲੀਅਰ ਕਰਾਈ, ਕਲੀਅਰ ਕਰਾ ਕੇ ਤਕਰੀਬਨ ਸਾਨੂੰ ਇੱਕ ਦੇ ਲਾਗੇ ਛਾਗੇ ਟਾਈਮ ਹੋ ਗਿਆ, 1:30 ਵਜੇ ਅਸੀਂ ਨਾ, ਇਹਨਾਂ ਨੇ ਸਾਨੂੰ ਆਪਣਾ ਬਾਰਡਰ ਕਲੀਅਰ ਕਰਕੇ, ਕਸਟਮਰ ਸਾਰਾ ਕਲੀਅਰ ਕਰਕੇ, ਕੁਛ ਨਹੀਂ ਪੁੱਛਿਆ ਉਹਨਾਂ ਨੇ ਕਿ ਉਹਨਾਂ ਦੀ ਟਰਾਲੀਆਂ, ਟਰੈਕਟਰ ਜਿੱਦਾਂ ਦੇ ਆਪਣੇ ਟਰਾਲੀਆਂ ਨੇ ਦੀਆਂ, ਰਿਕਸ਼ਿਆਂ ਦੀਆਂ, ਇੱਦਾਂ ਦੇ ਉਹ 'ਚ ਬਿਠਾਇਆ, ਲਿਆ ਕੇ ਉੱਥੇ ਅਲੈਦਾ ਇੱਕ ਕੈਬਨ ਬਣੀ ਆ, ਦਫ਼ਤਰ ਜਾਂ ਹਾਤਾ, ਉਹਦੇ 'ਚ ਉਤਾਰਤਾ। ਅੱਛਾ, ਉੱਥੇ ਬੈਠਾ ਆ ਕੇ ਮੈਂ, ਉੱਥੇ ਆਹ ਜਿਹੜੀਆਂ ਤਸਵੀਰਾਂ ਰੇਂਜਰ ਦੀ ਬਣੀ ਨਾ, ਇਹ ਆ ਗਿਆ ਮੇਰੇ ਕੋਲ। ਇਹਨੇ ਆ ਕੇ ਪੁੱਛਿਆ ਕਿ ਮਾਸਟਰ ਯਾਕੂਬ ਸਾਹਿਬ ਕੌਣ ਨੇ ਵੇਟਿੰਗ ਰੂਮ 'ਚ? ਮੈਂ ਡਰ ਗਿਆ, ਮੈਂ ਫੌਜੀ ਰੇਂਜਰ ਹਾਂ, ਮੈਨੂੰ ਪੁੱਛਦਾ, ਮੈਂ ਤਾਂ ਕੋਈ ਕੰਮ ਗਲਤ ਕੀਤਾ ਨਹੀਂ। ਮੈਂ ਹਾਂ ਜੀ, ਇੰਨੀ ਗੱਲ ਪੁੱਛ ਕੇ ਪਰ ਕੰਟੀਨ 'ਚ ਇੱਕ ਬੋਤਲ ਫੜ ਲਿਆ, ਬਿਸਕੁਟ ਫੜ ਲਿਆ। ਅੱਛਾ। ਮੈਂ ਬੇਟਾ ਮੈਨੂੰ ਦੱਸ ਕਾਹਦੇ ਖੜਾਉਂਦਾ, ਤੂੰ ਮੇਰਾ ਸਟੂਡੈਂਟ ਆ, ਪੜ੍ਹਿਆ ਕਿਤੇ ਮੇਰੇ ਕੋਲ, ਮੈਨੂੰ ਤੂੰ ਕਿੱਦਾਂ ਜਾਣਦਾ? ਕਹਿੰਦਾ ਜਿਸ ਦਿਨ ਤੁਸੀਂ ਗਏ ਹੋ ਇੰਡੀਆ 14 ਤਾਰੀਖ ਨੂੰ, ਤੁਹਾਡਾ ਇੱਕ ਪੋਤਾ ਨਵਾਸਾ ਸੀ ਜ਼ਕੀ ਅਮ, ਛੋਟਾ ਜਿਹਾ, ਕਹਿੰਦਾ ਉਹਦੇ ਨਾਲ ਹੋ ਗਿਆ ਮੇਰਾ ਪਿਆਰ। ਉਹ ਮੈਨੂੰ ਬੜੇ ਪਿਆਰ ਨਾਲ ਕਹਿੰਦਾ ਅੰਕਲ ਆਪਣੀ ਗੰਨ ਦਿਖਾ ਦਿਓ, ਮੁੰਡੇ ਦਿਖਾ ਦਿਓ, ਕਹਿੰਦਾ ਉਹ ਚੁੱਕਿਆ, ਪਿਆਰ ਕੀਤਾ। ਉਹਨੇ ਦੱਸਿਆ ਵੀ ਮੇਰੇ ਨਾਨਾ ਆਬੂ ਗਏ ਨੇ, ਵੀ ਇੰਨੀ ਤਾਰੀਖ ਅੱਜ ਉਹ ਆਏ ਨੇ, ਉਹ ਬਾਹਰ ਬੈਠੇ ਨੇ, ਅਤੇ ਉੱਥੋਂ ਨੂੰ ਮੈਂ ਰਿਸੀਵ ਕਰ ਲਿਆ। ਫਿਰ ਮੈਂ ਉਹਨਾਂ ਨੂੰ ਸੱਦ ਲਿਆ ਜਿੱਥੇ ਆ ਗਿਆ, ਫਿਰ ਹੁਣ ਫਿਰ ਅੰਦਰ ਆ ਗਏ, ਉਹਦੇ ਨਾਲ ਰਾਬਤਾ। ਫਿਰ ਜੇ ਉੱਥੋਂ ਨਿਕਲੇ, ਗੱਡੀ ਸਾਡੀ ਆ ਗਈ ਅਸ਼ਫਾਕ ਹੋਣੀ,
ਉਹ ਬਿਠਾਇਆ ਅਤੇ ਆਰਾਮ ਨਾਲ ਅਸੀਂ ਜਨਾਬ ਅੱਠ ਵਜੇ ਉਸੇ ਟਾਈਮ ਜਿੱਦਾਂ 8 ਵਜੇ ਉੱਥੇ 8 ਵਜੇ ਘਰ ਆ ਗਿਆ। ਕੈਰੋ ਫਿਰ ਸਫ਼ਰ ਪੂਰਾ ਕਰਕੇ ਇੰਡੀਆ ਦਾ ਬਹੁਤ ਕੁਛ ਲੈ ਕੇ ਆਇਆ। ਅੱਜ ਉਹ ਕੁਛ ਹੈ ਨਾ, ਇਹ ਮੇਰੀ ਕਹਾਣੀ ਜੀ ਬੇਟਾ ਜੀ, ਉੱਥੋਂ ਦੀ ਮੁਕੰਮਲ। ਅੱਲਾਹ ਤਾਲਾ ਉਹਨਾਂ ਨੂੰ ਵੀ ਆਬਾਦ ਰੱਖੇ, ਤੁਹਾਨੂੰ ਵੀ ਆਬਾਦ ਰੱਖੇ। ਅੱਲਾਹ ਜ਼ਿੰਦਗੀ ਦਰਾਜ਼ ਕਰੇ, ਫਿਰ ਮੈਨੂੰ ਨਾ ਮੌਕਾ ਮਿਲੇ ਕਿ ਮੈਂ ਫਿਰ ਜਾਵਾਂ, ਮੈਂ ਅਤੇ ਇਸ਼ਫਾਕ ਜਾਈਏ, ਜਦੋਂ ਚਾਂਸ ਮਿਲਿਆ ਜਾਵਾਂਗੇ। ਨਹੀਂ ਸਰ,